ਸੋ ਹਾਂ ਜੀ ਦੋਸਤੋ ਸੱਤਕਾਲ ਜੀ ਮੈਂ ਰਮਨਦੀਪ ਨੇ ਇੱਕ ਵਾਰ ਫਿਰ ਆਜ਼ਰਾ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੈਕਿੰਦਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਜੀਓਗ੍ਰਾਫੀ ਦਾ 32 ਨੰਬਰ ਪਾਰਟ ਜਿਸ ਦੇ ਵਿੱਚ ਆਪਾਂ TCS ਲੈਵਲ ਦੇ 4000 MCQ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਹੈ ਸਾਰੇ ਇਹ ਕੁਐਸਚਨ ਜਿਹੜੇ ਆ ਉਹ ਪ੍ਰੀਵੀਅਸ ਪੇਪਰ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਬੇਸਡ ਰਹਿਣਗੇ ਕਿਉਂਕਿ ਜੋ ਵਾਰੀ ਵਾਰੀ ਕੁਐਸਚਨ ਡਿਫਰੈਂਟ ਤਰੀਕੇ ਦੇ ਨਾਲ ਪੁੱਛੇ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਆਪਾਂ ਇਸ ਦੇ ਵਿੱਚ ਕਵਰ ਕਰ ਰਹੇ ਹਾਂ ਜੋ ਕਿ ਤੁਹਾਨੂੰ ਪੰਜਾਬ ਤੇ ਇੰਡੀਆ ਲੈਵਲ ਦੇ ਲਗਭਗ ਹਰ ਇੱਕ ਐਗਜ਼ਾਮ ਦੇ ਵਿੱਚ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਅਰਥ ਲੇਅਰ ਜਾਨੀ ਕਿ ਧਰਤੀ ਦੀਆਂ ਜਿਹੜੀਆਂ ਪਰਤਾਂ ਨੇ ਉਹਨਾਂ ਨੂੰ ਲੈ ਕੇ ਜਿਹੜੇ ਕੁਐਸਚਨਸ ਨੇਗੇ ਉਹਨਾਂ ਨੂੰ ਡਿਸਕਸ ਕਰਾਂਗੇ 32 ਨੰਬਰ 파ਟ ਇਸ ਤੋਂ ਪਹਿਲਾਂ 31 파ਟ ਆਪਣੇ ਕੰਪਲੀਟ ਹੋ ਚੁੱਕੇ ਹੈਗੇ ਆ। WhatsApp group join ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀ ਨੋਟੀਫਿਕੇਸ਼ਨ ਪਲੱਸ ਇਸ ਤੋਂ ਲਾਭ ਹੋਰ ਕਾਫੀ ਸਾਰੀ ਇਨਫਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਇਹਨਾਂ ਕਲਾਸਾਂ ਦੀ PDF ਡਾਊਨਲੋਡ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਆ ਉਹ Play Store ਤੋਂ ਡਾਊਨਲੋਡ ਕਰ ਸਕਦੇ ਹੋ ਉੱਥੇ ਤੁਹਾਨੂੰ ਇਹਨਾਂ ਸਾਰਿਆਂ ਦੀ PDF ਜਿਹੜੀ ਆ ਉਹ ਪ੍ਰੋਵਾਈ ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ 621 ਨੰਬਰ ਕੁਐਸਚਨ ਹੈ ਡੈਸ਼ ਧਰਤੀ ਦੇ ਅੰਦਰਲੇ ਹਿੱਸੇ ਦੇ ਵਿੱਚੋਂ ਨਿਕਲਣ ਵਾਲੀ ਤਰਲ ਅਤੇ ਠੋਸ ਚਾਣ ਦੇ ਨਾਲ ਬੰਦੀ ਹੈ ਫਾਲਟ ਬਾਗ ਬਲਕ ਪਹਾੜ ਜਾਂ ਪਠਾਰ ਜਾਂ ਐਰੋਜ਼ੋਨ ਪਹਾੜ ਜਾਂ ਫਿਰ ਜਵਾਲਾਮੁਖੀ ਪੁੱਛਿਆ ਗਿਆ ਕਿ ਡੈਸ਼ ਧਰਤੀ ਦੇ ਅੰਦਰਲੇ ਹਿੱਸੇ ਦੇ ਵਿੱਚੋਂ ਨਿਕਲਣ ਵਾਲੇ ਤਰਲ ਅਤੇ ਟੋਰਸ ਚਟਾਨ ਦੇ ਨਾਲ ਬੰਦੀ ਹੈ ਇਹ ਕਿਹੜੀ ਚੀਜ਼ ਹੈ ਜੋ ਕਿ ਧਰਤੀ ਦੇ ਅੰਦਰਲੇ ਸੇ ਇੰਟੀਰੀਅਰ ਦੇ ਵਿੱਚ ਹੈ ਤਰਲ ਵੀ ਹੈ ਤੇ ਠੋਸ ਵੀ ਹੈ ਇਸ ਹੈ ਜੀ ਜਵਲਾਮੁਖੀ ਤਾਂ ਜਵਲਾਮੁਖੀ ਜਿਹੜਾ ਹੈ ਜੀ ਸਾਡੀ ਧਰਤੀ ਦੇ ਅੰਤਰੀਵ ਦੇ ਵਿੱਚੋਂ ਨਿਕਲਦਾ ਹੈ ਇਹਦੇ ਨਿਕਲਦੇ ਨਾਲ ਜਿਹੜਾ ਹੈ ਕਹਿ ਸਕਦੇ ਹਾਂ ਬਹੁਤ ਸਾਰੀਆਂ ਚਟਾਨਾਂ ਦਾ ਨਿਰਮਾਣ ਹੁੰਦਾ ਹੈ ਜਿਸ ਦੇ ਵਿੱਚ ਅਗਨੀ ਚਟਾਨਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਦਾ ਕਰਦੀਆਂ ਨੇ ਕਿਉਂਕਿ ਅਗਨੀ ਚਟਾਨਾਂ ਜਿਹੜੀਆਂ ਨੇ ਕਿਆਂ ਉਹ ਜਵਲਾਮੁਖੀ ਦੇ ਫਟਣ ਨਾਲ ਬਣਦੀਆਂ ਹੈਗੀਆਂ ਜਿਹਦੇ ਵਿੱਚ ਅਕਸਰ ਜਿਹੜਾ ਹੈ ਸੋਨਾ ਵਗੈਰਾ ਜਿਹੜਾ ਉਹ ਕ੍ਰੀਏਟ ਹੁੰਦਾ ਹੈ ਤਾਂ ਉਹ ਇਹਦੇ ਨਾਲ ਜੁੜਿਆ ਹੋਇਆ ਹੈ ਇੱਕ ਹੈਗਾ ओके ਤਾਂ ਜਵਾਲਾਮੁਖੀ ਕੀ ਹੈ ਧਰਤੀ ਦੇ ਵਿੱਚੋਂ ਨਿਕਲਦਾ ਹੋਇਆ ਇੱਕ ਇਸ ਤਰ੍ਹਾਂ ਦਾ ਪਦਾਰਥ ਹੈ ਜਿਦੇ ਵਿੱਚ ਲਾਵਾ ਸੁਆ ਭਾਫ਼ ਤੇ ਗੰਸਾ ਜਿਹੜੀਆਂ ਹੁੰਦੀਆਂ ਨੇ ਜੋ ਕਿ ਧਰਤੀ ਦੇ ਅੰਤਰੀਵ ਦੇ ਵਿੱਚ ਪਿਗਲਿਆ ਹੋਇਆ ਹੈਗਾ ਸੋ ਇਹ ਪਿਗਲੇ ਹੋਇਆ ਪਦਾਰਥ ਜਿਹੜਾ ਹੈ ਧਰਤੀ ਦੇ ਵਿੱਚ ਕਿਸੇ ਇੱਕ ਦਰਾੜ ਦੇ ਨਾਲ ਜਿਹੜਾ ਹੈ ਬਾਹਰ ਨਿਕਲਦਾ ਹੈ ਅਤੇ ਜਵਾਲਾਮੁਖੀ ਰੂਪ ਦੇ ਵਿੱਚ ਬਾਹਰ ਆ ਜਾਂਦਾ ਹੈ ਤਾਂ ਇਸ ਤਰੀਕੇ ਦਾ ਜਿਹੜਾ ਹੈ ਸਟਰਕਚਰ ਹੈ ਬਣਾਉਂਦਾ ਹੈਗਾ ਜਿਸ ਦੇ ਨਾਲ ਕਈ ਵਾਰ ਕਹਿ ਸਕਦੇ ਆਰਥੋਕਿਕ ਦੇ ਵੀ ਜਿਹੜੇ ਚਾਂਸਸ ਹੁੰਦੇ ਹੈਗੇ ਆ ਇਸ ਤੋਂ ਲਾਭ ਜਿਹੜਾ ਹੈ ਜਵਾਲਾਮੁਖੀ ਤਾਂ ਫੜਦਾ ਹੀ ਫੜਦਾ ਹੈ ਗੱਗਾ ਅਤੇ ਜਵਾਲਾਮੁਖੀ ਦੇ ਨਾਲ ਜਿਹੜੇ ਇੱਕ ਚੀਜ਼ ਹੋਰ ਵੀ ਆ ਜਾਂਦੀ ਹੈ ਕਿ ਜਵਾਲਾਮੁਖੀ ਵਾਲੇ ਸਥਾਨ ਦੇ ਉੱਪਰ ਜਿਹੜਾ ਹੈ ਕਾਲੀ ਮਿੱਟੀ ਦਾ ਨਿਰਮਾਣ ਹੁੰਦਾ ਹੈ ਗੱਗਾ ਜਿਵੇਂ ਕਿ ਮਹਾਰਾਸ਼ਟਰ ਦੇ ਵਿੱਚ ਕਾਲੀ ਮਿੱਟੀ ਦੇਖਣ ਨੂੰ ਮਿਲਦੀ ਹੈਗੀ ਹੈਗੀ ਤਾਂ ਇਹ ਕਾਲੀ ਮਿੱਟੀ ਜਿਹੜੀ ਹੈ ਇਹ ਜਵਾਲਾਮੁਖੀ ਤੋਂ ਹੀ ਬਣੀ ਹੋਈ ਹੈ। ਭਾਰਤ ਦੇ ਵਿੱਚ ਦੱਖਣ ਦਾ ਜਿਹੜਾ ਪਠਾਰ ਹੈ ਉਹ ਵੀ ਜਵਾਲਾਮੁਖੀ ਤੋਂ ਬਣਿਆ ਹੋਈ ਇੱਕ ਪਦਾਰਥ ਹੈਗਾ ਅ ਚਟਾਨ ਹੈ ਕਿਹਾਗੀ। ਓਕੇ ਕਾਲੀ ਮਿੱਟੀ ਜਿਹੜੀ ਹੈ ਉਹ ਕਪਾਹ ਦੇ ਨਾਲ ਜਿਹੜਾ ਹੈ ਰਿਲੇਟਡ ਹੈ ਕਿਉਂਕਿ ਕਪਾਹ ਦੀ ਮਿੱਟੀ ਦੇ ਲਈ ਜਿਹੜਾ ਕਾਲੀ ਮਿੱਟੀ ਆ ਉਹ ਸਭ ਤੋਂ ਬੈਸਟ ਰਹਿੰਦੀ ਹੈਗੀ। ਤੇ ਇਹ ਜਵਾਲਾਮੁਖੀ ਓਕੇ ਜਵਾਲਾਮੁਖੀ ਦਾ ਜਿਹੜਾ ਮੂੰਹ ਹੁੰਦਾ ਜੀ ਉਸ ਸਮੇਂ ਜਦੋਂ ਇਹ ਜਵਾਲਾਮੁਖੀ ਠੰਡਾ ਹੁੰਦਾ ਤਾਂ ਇੱਥੇ ਕ੍ਰੇਟਰ ਨਾਮ ਜਿਹੜਾ ਜਿਹੜਾ ਹੈ ਕਹਿ ਸਕ ਕ੍ਰੀਏਟਰ ਜਿਸ ਨੂੰ ਕਹ ਦਿੰਦੇ ਹੈ ਸਬਾਲ ਦੀ ਤਰ੍ਹਾਂ ਹੀ ਹੁੰਦਾ ਹੈ ਕਿ ਅਗਰ ਜਿਸ ਦੇ ਵਿੱਚ ਅਕਸਰ ਜਿਹੜਾ ਹੈ ਪਾਣੀ ਵਗੈਰਾ ਭਰ ਕੇ ਬਾਅਦ ਚ ਛੀਲ ਦੇ ਵਿੱਚ ਵੀ ਕਨਵਰਟ ਹੋ ਜਾਂਦਾ ਨਹੀਂ ਬਾਈ ਨੰਬਰ ਹੈ ਕਿਹੜਾ ਖੇਤਰਤਾ ਤਿੱਦੀ ਕਰਸਟ ਅਤੇ ਮੈਟਲ ਨੂੰ ਜਿਹੜਾ ਹੈ ਉਬੱਕ ਕਰਦਾ ਹੈ ਮੋਹੋ ਸਟ੍ਰੈਟੋਸਫੀਅਰ ਲੀਥੋਸਫੀਅਰ ਜਾਂ ਅਸ਼ਾਂਤ ਮੰਡਲ ਪੁੱਛਿਆ ਗਿਆ ਹੈ ਕਿ ਧਰਤੀ ਦੀ ਕਰਸਟ ਅਤੇ ਮੈਟਲ ਨੂੰ ਜਿਹੜਾ ਹੈ ਬਖ ਕਰਨ ਵਾਲਾ ਲੇਅਰ ਹੈ ਉਹ ਕਿਹੜੀ ਹੈ ਤੋ ਹੈ ਜਿੰਨਾਂ ਦੇ ਵਿੱਚੋਂ ਮੋਹੋ ਡਿਸਕੰਟੀਨਿਟੀ ਤਪਾਥਿਓਰੀ ਵਾਲੇ ਪਾੜੇ ਦੇ ਵਿੱਚ ਵੀ ਕੀਤਾ ਸੀਗਾ ਕਿ ਮੋਹੋ ਡਿਸਕੰਟੀਨਿਟੀ ਜਿਹੜੀ ਹੈ ਇਹ ਧਰਤੀ ਦੀ ਕਰਸਟ ਤੇ ਮੈਟਲ ਨੂੰ ਦੋਨਾਂ ਨੂੰ ਵੱਖ ਕਰਨ ਦਾ ਕੰਮ ਕਰਦੀ ਹੈਗੀ ਹੈਗੀ ਧਰਤੀ ਦੀ ਬੰਤਰ ਜਿਹੜੀ ਹੈ ਉਹ ਤਿੰਨ ਪਰਤਾਂ ਦੇ ਵਿੱਚ ਹੈ ਜਿਹਦੇ ਵਿੱਚ ਸਭ ਤੋਂ ਉੱਪਰਲੀ ਪਰਤ ਹੈ ਜਿਹੜੀ ਉਸ ਨੂੰ ਕਹਿ ਦਿੰਦੇ ਹੈਗੇ ਅਗੇ ਕਰਸਟ ਜਿਹੜੀ ਕਿ ਧਰਤੀ ਦਾ ਤਕਰੀਬਨ 0.5% ਹੈ ਦੂਜੀ ਪਰਤ ਆ ਜਾਂਦੀ ਹੈਗੀ ਜੀ ਮੈਟਲ ਠੀਕ ਹੈ ਜਿਹੜੀ ਕਿ ਤਕਰੀਬਨ 83% ਖੇਤਰ ਦੇ ਵਿੱਚ ਆ ਜਾਂਦੀ ਹੈ ਤੀਸਰੀ ਪਰਤ ਕੋਰ ਹੈ ਜੋ ਕਿ ਧਰਤੀ ਦਾ ਬਿਲਕੁਲ ਅੰਦਰੂਨੀ 파ਟ ਹੈ ਜਿਹੜਾ ਕਿ 16% ਖੇਤਰ ਦੇ ਵਿੱਚ ਫੈਲਿਆ ਹੋਇਆ ਹੈ ਗੱਗਾ ਓਕੇ ਤੇ ਜਿਹੜਾ ਹੈ ਇਹਨਾਂ ਦਾ ਸਟਰਕਚਰ ਹੈ ਜਿਸ ਤਰੀਕੇ ਨਾਲ ਬਣਦਾ ਹੈ ਗੱਗਾ ਤੇ ਇਹ ਤੁਸੀਂ ਦੇਖ ਸਕਦੇ ਹੈਗੇ ਜਿਹੜਾ ਕਰਸਟ ਹੁੰਦਾ ਹੈ ਇਹਨੂੰ ਲਿਥੋਸਫੇਅਰ ਵੀ ਕਹਿ ਦਿੰਦੇ ਹੈਗੇ ਅੱਗੇ ਓਕੇ ਦੂਸਰਾ ਹੈ ਜੀ ਮੈਟਲ ਜਿਹੜਾ ਕਿ ਅਪਰ ਤੇ ਲੋਅਰ ਮੈਟਲ ਦੇ ਵਿੱਚ ਬੰਡਿਆ ਜਾਂਦਾ ਹੈ ਤੀਸਰਾ ਭਾਗ ਆ ਜਾਂਦਾ ਹੈ ਜੀ ਜਿਸ ਨੂੰ ਕਿ ਆਪਾਂ ਕੋਰ ਕਹ ਦਿੰਨੇ ਹਾਂ ਜਿਹੜਾ ਕਿ ਤਰਲ ਪਦਾਰਥ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਇਹਨਾਂ ਦੇ ਵਿੱਚੋਂ ਯਾਦ ਰੱਖਣਾ ਹੈਗਾ ਕਿ ਜਿਹੜੇ ਸਮੁੰਦਰੀ ਖੇਤਰ ਅਤੇ ਕਰਸਟ ਜਿਹੜੀ ਹੈ ਜਾਨਕੀ ਲਿਥੋਸਫੇਰ ਵਾਲੀ ਪਰਤ ਹੈ ਉਹਨੂੰ ਬਖ ਕਰਨ ਵਾਲੀ ਜਿਹੜੀ ਪਰਤ ਹੈ ਉਹਨੂੰ ਕਹਿੰਦੇ ਹੈਗੇ ਅਗੇ ਕੋਨਾਡ ਡਿਸਕੰਟੀਨਿਟੀ ਇਹ ਸਭ ਤੋਂ ਪਹਿਲਾ ਹੈਗਾ ਕਰ ਠੀਕ ਹੈ ਦੂਸਰੇ ਤੇ ਕੁਐਸਚਨ ਆ ਜਾਂਦਾ ਆਪਣੇ ਕੋਲੇ ਕਿ ਕਰਸਟ ਤੇ ਮੈਟਲ ਨੂੰ ਬਖ ਕਰਨ ਵਾਲੀ ਠੀਕ ਹੈ ਆ ਵਾਲੀ ਪਰਤ ਜਿਹੜੀ ਹੈ ਕਰਸਟ ਤੇ ਮੈਟਲ ਨੂੰ ਬਖ ਕਰਨ ਵਾਲੀ ਪਰਤ ਜਿਹੜੀ ਹੈ ਉਹ ਮੋਹ ਡਿਸਕੰਟੀਨਿਟੀ ਹੈ ਜੋ ਕਿ ਆਪਾਂ ਕੁਐਸਚਨ ਦੇ ਅਕੋਰਡਿੰਗ ਕਰਨਾ ਸੀਗਾ ਠੀਕ ਹੈ ਇਹਦੇ ਨਾਲ ਹੀ ਪੁੱਛ ਲੈਂਦੇ ਹੈਗੇ ਅਗੇ ਕੀ ਮੈਟਲ ਤੇ ਕੋਰ ਨੂੰ ਵੱਖ ਕਰਨ ਵਾਲੀ ਜਿਹੜੀ ਪਰਤ ਹੈ ਉਸ ਨੂੰ ਕੀ ਕਹ ਦਿੰਦੇ ਆ ਤੋ ਹੈ ਰਿਪਿਟੀ ਡਿਸਕੰਟੀਨਿਟੀ ਰਿਪਿਟੀ ਡਿਸਕੰਟੀਨਿਟੀ ਠੀਕ ਹੈ ਇਸ ਤੋਂ ਬਾਅਦ ਅਪਰ ਤੇ ਲੋਅਰ ਮੈਟਲ ਅਪਰ ਤੇ ਲੋਅਰ ਜਿਹੜੀ ਕਹਿ ਸਕਦੇ ਹੈਗੇ ਖੇਤਰ ਹੈ ਉਸ ਨੂੰ ਵੱਖ ਕਰਨ ਵਾਲੀ ਪਰਤ ਹੈ ਕਿ ਹੈਗੀ ਗੁਟੇਨਸਬਰਗ ਡਿਸਕੰਟੀਨਿਟੀ ਲਾਸਟ ਦੇ ਵਿੱਚ ਬਿਲਕੁਲ ਆ ਜਾਂਦੀ ਹੈ ਕਿ ਜੀ ਅਪਰ ਕੋਰ ਅਤੇ ਲੋਅਰ ਕੋਰ ਨੂੰ ਵੱਖ ਕਰਨ ਵਾਲੀ ਪਰਤ ਇਹਨੂੰ ਕਹਿ ਦਿੰਦੇ ਆ ਲੇਮਨ ਡਿਸਕੰਟੀਨਿਉਟੀ ਇਹ ਪੰਜ ਪਰਤਾਂ ਨੇਗੀਆਂ ਉਸੇ ਤਰੀਕੇ ਨਾਲ ਉਧਰ ਪੰਜ ਪਰਤਾਂ ਵੀ ਸ਼ਾਮਲ ਹੈਗੀਆਂ ਨੇ ਓਕੇ ਨੈਕਸਟ ਹੈ ਜੀ ਅੱਗੇ 63 ਨੰਬਰ ਧਰਤੀ ਦੀ ਸਤ੍ਹਾ ਤੋਂ ਸਤ੍ਹਾ ਤੋਂ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਿਹਾ ਜਾਂਦਾ ਹੈ ਮੈਟਲ ਕਿਹਾ ਜਾਂਦਾ ਹੈ ਕੋਰ ਕਿਹਾ ਜਾਂਦਾ ਹੈ ਮੈਗਮਾ ਕਿਹਾ ਜਾਂਦਾ ਹੈ ਜਾਂ ਕ੍ਰਸਟ ਕਿਹਾ ਜਾਂਦਾ ਹੈ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕਿਹਾ ਜਾਂਦਾ ਹੈ ਕ੍ਰਸਟ ਧਰਤੀ ਦੀਆਂ ਤਿੰਨ ਪਰਤਾਂ ਹੋ ਜਾਂਦੀਆਂ ਨੇ ਸਭ ਤੋਂ ਉੱਪਰਲੀ ਪਰਤ ਕਰਸਟ ਆ ਜਾਂਦੀ ਹੈ ਦੂਸਰੀ ਪਰਤ ਮੈਟਲ ਆ ਜਾਂਦੀ ਹੈ ਤੀਸਰੀ ਪਰਤ ਜਿਹੜੀ ਹੈ ਉਹ ਕੋਰ ਆ ਜਾਂਦੀ ਹੈ ਤਾਂ ਤਿੰਨ ਹਿੱਸਿਆਂ ਦੇ ਵਿੱਚ ਸਾਡੀ ਧਰਤੀ ਦੇ ਜਿਹੜੇ ਸਟਰਕਚਰ ਨੇ ਉਸ ਨੂੰ ਵੰਡਿਆ ਗਿਆ ਹੈ ਓਕੇ ਸੋ ਕਰਸਟ ਜਿਹੜੀ ਹੈ ਇਸ ਤਰੀਕੇ ਦੀ ਹੈ ਇਹਦੀ ਹਾਈਟ ਜਿਹੜੀ ਹੈ ਉਹ ਵੱਖਰੀ ਵੱਖਰੀ ਤਰੀਕੇ ਨਾਲ ਮਿਲਦੀ ਹੈਗੀ ਇਹ ਆਲਮੋਸਟ ਆਪ ਅੱਗੇ ਗੱਲ ਕਰਦੇ ਹਾਂ ਠੀਕ ਹੈ ਜੋ ਕਿ ਤਕਰੀਬਨ ਜੀਓਟ ਲੈ ਕੇ 100 ਕਿਲੋਮੀਟਰ ਤੱਕ ਦੀ ਡਿਪਥ ਤੱਕ ਡੂੰਘਾਈ ਤੱਕ ਜਿਹੜਾ ਖੇਤਰ ਪਾਇਆ ਜਾਂਦਾ ਹੈ ਨੈਕਸਟ ਹੈ ਸਮੁੰਦਰ ਦੀ ਸਤ੍ਹਾ ਵਿੱਚ ਕਰਸਟ ਦੀ ਜਿਹੜੀ ਮੋਟਾਈ ਹੈ ਉਹ ਕਿਲੋਮੀਟਰਾਂ ਦੇ ਵਿੱਚ ਕਿੰਨੀ ਹੈ 5 ਤੋਂ 10 ਕਿਲੋਮੀਟਰ 15 ਤੋਂ 20 ਕਿਲੋਮੀਟਰ 25 ਤੋਂ 30 ਕਿਲੋਮੀਟਰ ਜਾਂ 35 ਤੋਂ 40 ਕਿਲੋਮੀਟਰ ਸਮੁੰਦਰ ਦੀ ਸਤ੍ਹਾ ਦੇ ਵਿੱਚ ਕਰਸਟ ਦੀ ਜਿਹੜੀ ਮੋਟਾਈ ਹੈਗੀ ਹੈਗੀ ਉਹ ਕਿਲੋਮੀਟਰਾਂ ਦੇ ਵਿੱਚ 5 ਤੋਂ 10 ਕਿਲੋਮੀਟਰ ਹੈ 5 ਤੋਂ 10 ਕਿਲੋਮੀਟਰ ਇਸ ਸਮੁੰਦਰ ਦੇ ਵਿੱਚ ਪੁੱਛਿਆ ਗਿਆ ਹੈ ਜੇਕਰ ਤੁਹਾਨੂੰ ਲੈਂਡਸਫੀਅਰ ਦੇ ਉੱਪਰ ਪੁੱਛਿਆ ਜਾਊਗਾ ਲਿਥੋਸਫੀਅਰ ਦੇ ਵਿੱਚ ਪੁੱਛਿਆ ਜਾਊਗਾ ਲੈਂਡ ਦੇ ਉੱਪਰ ਪੁੱਛਿਆ ਜਾਊਗਾ ਤਾਂ ਤਕਰੀਬਨ 100 ਕਿਲੋਮੀਟਰ ਦੇ ਕਰੀਬ ਜਿਹੜਾ ਹੈ ਇਹ ਐਸਟੀਮੇਟ ਹੈਗੀ ਹੈਗੀ ਠੀਕ ਹੈ ਔਰ ਕਿਤੇ ਵੱਧ ਘਟ ਵੀ ਜਿਹੜੀ ਆ ਦੇਖਣ ਨੂੰ ਮਿਲਦੀ ਹੈਗੀ ਹੈਗੀ ਤੇ ਜਿਹੜੀ ਪਰਤ ਹੈ ਜਿਹੜੀ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਠੀਕ ਹੈ ਸਭ ਤੋਂ ਉੱਪਰਲਾ ਪਰਤ ਜਿਹਨੂੰ ਕਿ ਲਿਥੋਸਫੀਅਰ ਕਹਿ ਦਿੰਦੇ ਹੈ ਇਹਨੂੰ ਆਪਾਂ ਕਰਸਟ ਵੀ ਕਹਿ ਦਿੰਦੇ ਹੈ ਕਿਾਂਗੇ ਲਿਥੋਸਫੇਰਨ ਉਹਕੇ ਇਸ ਤੋਂ ਬਾਅਦ ਦੂਸਰੀ ਪਰਤ ਆ ਜਾਂਦੀ ਹੈਗੀ ਹੈ ਮੈਟਲ ਇਹ ਦੋ ਖੇਤਰਾਂ ਚ ਵੰਡੀ ਜਾਂਦੀ ਹੈਗੀ ਹੈ ਇੱਕ ਅਪਰ ਮੈਟਲ ਆ ਜਾਂਦੀ ਹੈ ਇੱਕ ਲੋਅਰ ਮੈਟਲ ਆ ਜਾਂਦੀ ਹੈਗੀ ਹੈ ਠੀਕ ਹੈ ਇਹ ਦੂਸਰੀ ਪਰਤ ਆ ਜਾਂਦੀ ਹੈ ਤੀਸਰੀ ਪਰਤ ਆਪਣੇ ਕੋਲੇ ਕੋਰ ਆ ਜਾਂਦੀ ਹੈਗੀ ਹੈਗੀ ਤੀਸਰੀ ਪਰਤ ਆਪਣੇ ਕੋਲੇ ਕੋਰ ਆ ਜਾਂਦੀ ਹੈ ਇਹ ਨੂੰ ਵੀ ਦੋ ਹੀ ਸੰਜ ਵੰਡਿਆ ਗਿਆ ਹੈ ਅਪਰ ਕੋਰ ਅਤੇ ਲੋਅਰ ਕੋਰ ਠੀਕ ਹੈ ਜੀ ਔਰ ਜਿਹੜਾ ਹੈ ਸਾਡੀ ਧਰਤੀ ਦਾ ਵਿਆਸ ਰੰਦਾ ਹੈ ਉਹ 3670 ਕਿਲੋਮੀਟਰ ਦੇ ਕਰੀਬ ਹੈ ਜਾਨੀ ਕਿ ਇੱਥੇ ਆ ਕੇ ਜਿਹੜੀ ਕੋਰ ਹੈ ਉਹ ਸਮਾਪਤ ਹੋ ਜਾਂਦੀ ਹੈ ਇਹ ਤਰਲ ਪਦਾਰਥ ਹੈ ਕੋਰ ਵਾਲਾ ਜਿੰਨਾ ਵੀ ਮੈਟਰ ਇਹਦੇ ਵਿੱਚ ਉਹ ਲਗਭਗ ਤਰਲ ਪਦਾਰਥ ਹੀ ਹੈਗਾ ਆ ਮੈਂ ਲੇਅਰਸ ਪਹਿਲਾਂ ਹੀ ਕਰਵਾ ਚੁੱਕਿਆ ਟੋਟਲ ਨਹੀਂ ਗਿਆ ਨੈਕਸਟ ਹੈ ਜੀ 25 ਨੰਬਰ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਕ੍ਰਸਟ ਦੇ ਉੱਪਰ ਉਪਲਬਧ ਦੂਜਾ ਸਭ ਤੋਂ ਵੱਧ ਮਹੱਤਵਪੂਰਨ ਤੱਤ ਕਿਹੜਾ ਹੈ ਕਾਰਬਨ ਸਿਲੀਕੋਨ ਆਕਸੀਜਨ ਜਾਂ ਹਾਈਡਰੋਜਨ ਧਰਤੀ ਦੀ ਕ੍ਰਸਟ ਜਿਹੜੀ ਕਿ ਸਭ ਤੋਂ ਉੱਪਰਲੀ ਪਰਤ ਹੈ ਇਹਦੇ ਵਿੱਚ ਸਭ ਤੋਂ ਵੱਧ ਜਿਹੜੇ ਕਹਿ ਸਕਦੇ ਹਾਂ ਤੱਤ ਪਾਏ ਜਾਂਦੇ ਆ ਤਕਰੀਬਨ ਕ੍ਰਸਟ ਜਿਹੜੀ ਹੈਗੀ ਹੈ ਕਿ 98% ਸਿਰਫ 8 ਤੱਤਾਂ ਤੋਂ ਮਿਲ ਕੇ ਹੀ ਬਣੀ ਹੋਈ ਹੈ ਤੇ ਉਹਨਾਂ ਦੇ ਵਿੱਚੋਂ ਦੂਜਾ ਪੁੱਛਿਆ ਗਿਆ ਕਿ ਦੂਜਾ ਸਭ ਤੋਂ ਵੱਧ ਤੱਤ ਕਿਹੜਾ ਪਾਇਆ ਜਾਂਦਾ ਹੈ ਤਾਂ ਦੂਜਾ ਤੱਤ ਇਸ ਦੇ ਵਿੱਚ ਸਿਲੀਕੋਨ ਨਾਮੀ ਜਿਹੜਾ ਤੱਤ ਹੈ ਉਹ ਇੱਥੇ ਪਾਇਆ ਜਾਂਦਾ ਹੈ ਸਭ ਤੋਂ ਵੱਧ ਪਾਇੰਦਾ ਦੂਜੇ ਨੰਬਰ ਦੇ ਉੱਪਰ ਆਉਂਦਾ ਹੈ ਕਗਰ ਠੀਕ ਹੈ ਤਾਂ 98% ਜਿਹੜੀ ਅਰਥ ਦੀ ਕਰਸਟ ਹੈਗੀ ਹੈਗੀ ਉਹ ਇਹਨਾਂ ਅੱਠ ਤੱਤਾਂ ਤੋਂ ਮਿਲ ਕੇ ਬਣਦੀ ਹੈ ਜਿੱਥੋਂ ਸਭ ਤੋਂ ਪਹਿਲਾਂ ਆਕਸੀਜਨ ਹੈ ਜੋ ਕਿ 46.6% ਸਭ ਤੋਂ ਵੱਧ ਹੈ ਦੂਸਰੇ ਨੰਬਰ ਤੇ ਸਿਲੀਕੋਨ ਹੁੰਦਾ ਹੈ ਇਹ ਕੁਐਸਚਨ ਦੇ ਵਿੱਚ ਦੂਸਰਾ ਪੁੱਛਿਆ ਸੀ ਤਾਂ ਇਹ ਅਕੋਰਡਿੰਗ ਸਿਲੀਕੋਨ 27.72% ਪਾਈ ਜਾਂਦੀ ਹੈ ਤੀਸਰੇ ਨੰਬਰ ਤੇ ਅਲੂਮਿਨੀਅਮ ਆ ਜਾਂਦੀ ਹੈ ਜੋ ਕਿ 8.13% ਹੈ ਚੌਥੇ ਨੰਬਰ ਤੇ ਆਇਰਨ ਆ ਜਾਂਦਾ ਹੈ ਜੋ ਕਿ 5% ਹੈ 6ਵੇਂ ਨੰਬਰ ਤੇ ਕੈਲਸ਼ੀਅਮ ਆ ਜਾਂਦਾ ਹੈ ਓਕੇ ਜੋ ਕਿ 6 36.3% ਹੈ ਅੱਗੇ ਸੋਡੀਅਮ ਆ ਜਾਂਦਾ ਹੈ ਜੋ ਕਿ 2.83% ਹੈ ਨੈਕਸਟ ਹੈ ਪੋਟਾਸ਼ੀਅਮ ਹੈ 2.95 ਹੈ ਤੇ ম্যাগਨੀਸ਼ੀਅਮ ਜਿਹੜਾ ਹੈ ਉਹ 2.09% ਹੈ ਤੇ ਇਹ ਕ੍ਰਸ਼ਟ ਦੇ ਉੱਪਰ ਪਾਏ ਜਾਣ ਵਾਲੇ ਜਿਹੜੇ ਹੈ ਪ੍ਰਮੁੱਖ ਤੱਤ ਨੇਗੇ ਇਹਨਾਂ ਚੋਂ ਪਹਿਲੇ 4 ਜਿਹੜੇ ਹੈ ਉਹ ਬੇਹੱਦ ਜ਼ਿਆਦਾ ਇੰਪੋਰਟੈਂਟ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਅਕਸਰ ਜਿਹੜਾ ਕੁਐਸਚਨ ਉਹ ਬਣਦਾ ਰਹਿੰਦਾ ਹੈ ਨੈਕਸਟ ਹੈ ਜੀ ਅੱਗੇ 26 ਨੰਬਰ ਧਰਤੀ ਤੇ ਪਾਏ ਜਾਂਦੇ ਸਭ ਤੋਂ ਭਾਰੀ ਤੱਤ ਦਾ ਨਾਮ ਕੀ ਹੈ ਟੰਗਸਟਨ ਓਸਮਿਅਮ ਅਲੂਮੀਨੀਅਮ ਰੋਡੀਅਮ ਜਾਂ ਰੈਡੀਅਮ ਕਹਿੰਦੇ ਠੀਕ ਹੈ ਧਰਤੀ ਦੇ ਉੱਪਰ ਪਾਏ ਜਾਂਦੇ ਸਭ ਤੋਂ ਡੈਂਸ ਸਿਟੀ ਵਾਲੇ ਜਾਂ ਸੰਘਣੇ ਤੱਤ ਦਾ ਨਾਮ ਕੀ ਹੈ ਤਾਂ ਉਹ ਹੈ ਜੀ ਓਸਮਿਅਮ ਓਸਮਿਅਮ ਨਾਮ ਜਿਹੜਾ ਤੱਤ ਹੈ ਧਰਤੀ ਦੇ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਸੰਘਣਾ ਜਾਂ ਡੈਂਸ ਐਲੀਮੈਂਟ ਹੈਗਾਗਾ ओके ओसियम ਨੂੰ ओएस ਦੇ ਨਾਲ ਜਿਹੜਾ ਉਹ ਪ੍ਰੇਜ਼ੈਂਟ ਕੀਤਾ ਜਾਂਦਾ ਹੈ ਸਭ ਤੋਂ ਭਾਰੀ ਧਾਤੂ ਹੈ ਸਭ ਤੋਂ ਸੰਘਣਾ ਤੱਤ ਹੈ ਗੱਗਾ ਠੀਕ ਹੈ ओसियम ਦਾ ਜਿਹੜਾ ਪਰਮਾਣੂ ਅੰਕ ਹੈ ਸੰਖਿਆ ਹੈ ਉਹ ਹੈ 76 ਦੇ ਕਰੀਬ ਠੀਕ ਹੈ ਲਿਥੀਅਮ ਤੱਤ ਜਿਹੜਾ ਹੈ ਉਹ ਸਭ ਤੋਂ ਘਟ ਕੰਤ ਵਾਲਾ ਦੋਨੋਂ ਧਿਆਨ ਰੱਖਣੇ ਹੈਗੇ ਸਭ ਤੋਂ ਬੱਧ ਵਾਲਾ ओਸਿਮ ਆ ਜਾਂਦਾ ਹੈ ਸਭ ਤੋਂ ਘਟ ਵਾਲਾ ਜਿਹੜਾ ਹੈਗਾ ਉਹ ਲਿਥੀਅਮ ਆ ਜਾਂਦਾ ਹੈਗਾ ਅਗਸਤ ਦੇ ਵਿੱਚ ਅਤੇ ओसियम ਦਾ ਜਿਹੜਾ ਪਰਮਾਣੂ ਭਾਰ ਰਹਿੰਦਾ ਹੈਗਾ ਉਹ ਹੈ 190. Point. ਤਾਂ ਤੇ 190.2 ਜਿਹੜਾ ਸਭ ਤੋਂ ਭਾਰਾ ਹੁੰਦਾ ਹੈ ਤੇ ਇਹਦਾ ਪਿਗਲਣ ਬਿੰਦੂ ਜਿਹਦੇ ਉੱਪਰ ਜਾ ਕੇ ਪਿਗਲਦਾ ਹੈ ਉਹ ਹੈ 3033 ਡਿਗਰੀ ਸੈਲਸੀਅਸ ਇਸ ਦੇ ਉੱਪਰ ਜਾ ਕੇ ਜਿਹੜਾ ਹੈ ਓਸਿਮ ਨਾਮੀ ਤੱਤ ਜਿਹੜਾ ਹੈ ਉਹ ਪਿਗਲ ਜਾਂਦਾ ਹੈ ਓਕੇ ਸਭ ਤੋਂ ਭਾਰੀ ਦਿੱਤਾ ਜਾਂਦਾ ਹੈ ਓਸਿਮ ਸਭ ਤੋਂ ਹਲਕਾ ਜਾਂ ਸਭ ਤੋਂ ਘੱਟ ਸੰਗਣਣਾ ਜਿਹੜਾ ਕਹਿ ਸਕਦੇ ਹਾਂ ਘੰਤਾ ਵਾਲਾ ਹੈ ਉਹ ਲਿਥੀਅਮ ਦੋਨੋਂ ਕੁਐਸਚਨ ਇਹਦੇ ਵਿੱਚ ਕਵਰ ਹੋ ਚੁੱਕੇ ਆ ਨੈਕਸਟ ਹੈ ਜੀ 27 ਨੰਬਰ ਧਰਤੀ ਦੇ ਮਹਾਦੀਪਿਕ ਰਸਤੇ ਵਿੱਚ ਸਭ ਤੋਂ ਵੱਧ ਭਰਪੂਰ ਮਾਤਰਾ ਦੇ ਵਿੱਚ ਖਣਿਜ ਕਿਹੜਾ ਹੈ ਫੀਲਡਸਪਰ ਹੈ ਪਾਇਰੋਸਕੋਰਨ ਜਨ ਹੈ ਅਬਰਕ ਹੈ ਜਾਂ ਕੁਆਟਰਨਜ਼ ਹੈ ਧਰਤੀ ਦੀ ਮਹਾਂਦੀਪਿਕ ਰਸਤੇ ਵਿੱਚ ਜਾਨਕੀ ਸਭ ਤੋਂ ਉੱਪਰਲੇ ਪਰਦੇ ਵਿੱਚ ਸਭ ਤੋਂ ਵੱਧ ਭਰਪੂਰ ਮਾਤਰਾ ਦੇ ਵਿੱਚ ਜਿਹੜਾ ਖਣਜ ਹੈ ਉਹ ਕਿਹੜਾ ਹੈ ਤਾਂ ਹੈ ਜੀ ਫੀਲਡਸਪਾਰ ਫੀਲਡਸਪਾਰ ਤੱਤ ਜਿਹੜਾ ਹੈ ਇਹ ਸਭ ਤੋਂ ਵੱਧ ਭਰਪੂਰ ਹੈ ਜੀ ਆਪਣੀ ਖਣਿਜਾਂ ਦੇ ਲਈ ਮਸ਼ਹੂਰ ਹੈਗਾ ओके फील्ड्सਪਾਰ ਜਿਹੜਾ ਹੈ ਇਹ ਦੋ ਤੱਤਾਂ ਤੋਂ ਮਿਲ ਕੇ ਬਣਿਆ ਹੋਇਆ ਜਿਹਦੇ ਵਿੱਚ ਸਿਲੀਕਾਨ ਤੇ ਆਕਸੀਜਨ ਜਿਹਦੇ ਵਿੱਚ ਸਭ ਤੋਂ ਵੱਧ ਜਿਹੜੀ ਆਪਣੇ ਕੋਲ ਆਕਸੀਜਨ ਹੈ ਦੂਸਰਾ 27% ਜਿਹੜੀ ਸਿਲੀਕਾਨ ਸੀ ਦੋਨਾਂ ਤੋਂ ਮਿਲ ਕੇ ਜਿਹੜਾ ਹੈ ਫੀਲਡਸਪਾਰ ਨਾਮੀ ਜਿਹੜਾ ਉਹ ਖੇਤਰ ਬਣਦਾ ਹੈਗਾ ਇਹਨਾਂ ਦੋਨਾਂ ਦੇ ਰੂਪ ਨੂੰ ਹੀ ਕਹਿੰਦੇ ਆ ਇਸ ਕਰਕੇ ਸਭ ਤੋਂ ਵੱਧ ਪਾਇਆ ਜਾਣ ਵਾਲਾ ਹੈਗਾ ਤੱਤ ਠੀਕ ਹੈ ਤਾਂ ਇਹ ਯਾਦ ਰੱਖਣਾ ਕਿ ਧਰਤੀ ਦੀ ਸਤਹ ਦਾ ਜਿਹੜਾ crust ਹੈ ਉਹਦਾ ਅੱਧਾ ਹਿੱਸਾ ਉਹ ਫੀਲਡਸਪਾਰ ਤੋਂ ਹੀ ਬਣਿਆ ਹੋਇਆ ਹੈ ਕਿਉਂਕਿ 47 ਤੇ 27 ਤੇ 46% ਤੁਸੀਂ ਆਪ ਹੀ ਜੋੜ ਸਕਦੇ ਹੈਗੇ ਹੋ ਅਤੇ ਰੰਗ ਜਿਹੜਾ ਇਹਨਾਂ ਦਾ ਹਲਕਾ ਕਰ ਜਾ ਫਿਰ ਗੁਲਾਬੀ ਹਲਕੇ ਰੰਗ ਦਾ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਇਹਨਾਂ ਦੋ ਜਿਹੜੀ ਵਰਤੋ ਜਿਹੜੀ ਹੈ ਫਿਲਡਸ ਪਰ ਦੀ ਉਹ ਚੀਨੀ ਦੇ ਭਾਂਡੇ ਜਾਂ ਬਰਤਨ ਬਣਾਉਣ ਦੇ ਲਈ ਤੇ ਕੱਚ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਕਿ ਹੈਗੀ ਨੈਕਸਟ ਹੈ 28 ਨੰਬਰ ਧਰਤੀ ਦੇ ਭੂਗਰਭ ਦੇ ਵਿੱਚ ਜਾਨ ਦਰਾਂ ਡੰਗਾਈ ਦੇ ਨਾਲ ਤਾਪਮਾਨ ਦੇ ਵਾਧੇ ਦੇ ਲਗਭਗ ਆਮ ਦਰ ਕੀ ਹੈ 1 ਡਿਗਰੀ ਸੈਲਸੀਅਸ ਪ੍ਰਤੀ 185 ਮੀਟਰ 1 ਡਿਗਰੀ ਸੈਲਸੀਅਸ 185 ਫੁੱਟ 1 ਡਿਗਰੀ ਸੈਲਸੀਅਸ ਪ੍ਰਤੀ 32 ਮੀਟਰ ਜਾਂ 1 ਡਿਗਰੀ ਸੈਲਸੀਅਸ ਪ੍ਰਤੀ 32 ਫੁੱਟ Dengar ide nalar, jemi petar tidih. ਅੰਤਰੀਵ ਦੇ ਵਿੱਚ ਜਾਂਦੇ ਆ ਤਾਂ ਟੈਂਪਰੇਚਰ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜੀ ਆਮ ਦਰ ਰਹਿੰਦੀ ਹੈਗੀ ਹੈ ਇਹ ਤਕਰੀਬਨ ਹੈ ਜੀ 1 ਡਿਗਰੀ ਸੈਲਸੀਅਸ ਪ੍ਰਤੀ ਬੱਤੀ ਮੀਟਰ ਜਾਨਕਿ ਜਿਵੇਂ ਜਿਵੇਂ ਆਪਾਂ ਧਰਤੀ ਦੇ ਵਿੱਚ ਜਾਵਾਂਗੇ ਤਾਂ 32 ਮੀਟਰ ਦੇ ਜਾਂਦੇ ਉੱਪਰ 1 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹੈ ਉਹ ਘਟ ਵੱਧ ਜਾਵੇਗਾ ਜਿਵੇਂ ਹੀ ਆਪਾਂ ਆਸਮਾਨ ਦੇ ਵਿੱਚ ਜਾਵਾਂਗੇ ਉੱਪਰ ਨੂੰ ਜਾਵਾਂਗੇ ਐਟਮੋਸਫੇਅਰ ਦੇ ਵਿੱਚ ਜਾਵਾਂਗੇ ਉਦੋਂ ਟੈਂਪਰੇਚਰ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਗੱਗਾ ਉਹਦੇ ਚ ਆ ਜਾਂਦਾ ਹੈ 165 ਮੀਟਰ ਦੀ ਹਾਈਟ ਦੇ ਉੱਪਰ 1 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹੈ ਉਹ ਮਾਈਨਸ ਹੁੰਦਾ ਹੈ ਗੱਗਾ ਠੀਕ ਹੈ ਨੈਕਸਟ ਹੈ 29 ਨੰਬਰ ਹੈ 地 ਲਿਖਿਆ ਪਰਤਾਂ ਦੇ ਵਿੱਚੋਂ ਕਿਸ ਨੂੰ ਬੈਰੀਸਫੇਅਰ ਕਿਹਾ ਜਾਂਦਾ ਹੈ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਅੰਦਰੂਲੀ ਪਰਤ ਨੂੰ ਧਰਤੀ ਦੀ ਵਿਚਕਾਰਲੀ ਪਰਤ ਨੂੰ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਜਾਂ ਬਾਜੂ ਮੰਡਲ ਦਾ ਸਭ ਤੋਂ ਹੇਠਲਾ ਹਿੱਸਾ ਜਿੱਥੇ ਮੌਸਮਾਂ ਦੇ ਵਿੱਚ ਬਦਲਾ ਹੁੰਦਾ ਹੈ ਤੇ ਕਿਸ ਨੂੰ ਬੈਰੀਸਫੇਅਰ ਦਾ ਜਿਹੜਾ ਨਾਮ ਆਉ ਦਿੱਤਾ ਜਾਂਦਾ ਹੈ ਤਾਂ ਬੈਰੀਸਫੇਅਰ ਕਿਹਾ ਜਾਂਦਾ ਹੈ ਧਰਤੀ ਦੀ ਸਭ ਤੋਂ ਅੰਦਰਲੀ ਪਰਤ ਨੂੰ ਸਭ ਤੋਂ ਅੰਦਰਲੀ ਪਰਤ ਜਿਹੜੀ ਹੈ ਅੰਦਰੂਨੀ ਪਰਤ ਹੈ ਜਿਹਨੂੰ ਕਿ ਆਪਾਂ ਕੋਰ ਕਹਿੰਦੇ ਹੈਗੇ ਹਾਂਗੇ ਉਸ ਨੂੰ ਬੈਰੀਸਫੇਅਰ ਕਿਹਾ ਜਾਂਦਾ ਹੈ ਓਕੇ ਬਣਤੀ ਨੇ ਤਿੰਨ ਪਰਤਾਂ ਨਿਕੀਆਂ ਜੇਕਰ ਇਹਨਾਂ ਨਾਮ ਦੇ ਉੱਪਰ ਗੱਲ ਕਰੀਏ ਸਭ ਤੋਂ ਪਹਿਲਾਂ ਲਿਥੋਸਫੇਅਰ ਆ ਜਾਂਦੀ ਹੈ ਜਿਸ ਨੂੰ ਸਿਆਲ ਵੀ ਕਹਿ ਦਿੱਤਾ ਜਾਂਦਾ ਹੈਗਾ ਸਿਆਲ ਤੋਂ ਭਾਵ ਹੈ ਸਿਲੀਕੋਨ ਤੇ ਅਲੂਮੀਨੀਅਮ ਠੀਕ ਹੈ ਸਿਲੀਕੋਨ ਅਤੇ ਅਲੂਮੀਨੀਅਮ ਸਿਲੀਕੋਨ ਤੇ ਅਲੂਮੀਨੀਅਮ ਤੋਂ ਮਿਲ ਕੇ ਬਣਦਾ ਹੈਗਾ ਇੱਕ ਖੇਤਰ ਠੀਕ ਹੈ ਜੀ ਦੋ ਤਤਾਂ ਤੇ ਆ ਜਾਂਦਾ ਹੈ ਇਹਦੀ ਜਿਹੜੀ ਡੂੰਘਾਈ ਹੈ ਉਸ 10 ਤੋਂ ਲੈ ਕੇ 200 ਕਿਲੋਮੀਟਰ ਤੱਕ ਦੇਖਣ ਨੂੰ ਮਿਲਦੀ ਹੈ ਇਹ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ ਇਹਨੂੰ ਆਪਾਂ ਕਰਸਟ ਦੇ ਨਾਮ ਨਾਲ ਵੀ ਜਿਹੜਾ ਹੈ ਉਹ ਜਾਣਦੇ ਹੈ ਕਿਆਂ ਦੂਜੀ ਪਰਤ ਹੈ ਜਿੰਦੀ ਹੈ ਪਾਇਰੋਸਫੀਅਰ ਪਾਇਰੋਸਫੀਅਰ ਜਿਹੜੀ ਹੈਗੀ ਹੈ ਇਹਨੂੰ ਆਪਾਂ ਮੈਟਲ ਦੇ ਨਾਮ ਨਾਲ ਜਾਣਦੇ ਹੈਗੇਂ ਠੀਕ ਹੈ ਤੇ ਇਹਦੇ ਵਿੱਚ ਦੇਖਣ ਨੂੰ ਮਿਲਦੀ ਹੈ ਜੀ ਸੀਮਾ ਸੀਮਾ ਪਰਤ ਵੀ ਇਸ ਨੂੰ ਕਹਿ ਦਿੱਤਾ ਜਾਂਦਾ ਹੈ ਸੀਮਾ ਤੋਂ ਭਾਵ ਹੈ ਜੀ ਸਿਲੀਕੋਨ ਤੇ ਮੈਗਨੀਸ਼ੀਅਮ ਸਿਲੀਕੋਨ ਤੇ ਮੈਗਨੀਸ਼ੀਅਮ ਨਾਮੀ ਪਰਤ ਜਿਹੜੀ ਹੈ ਉਹ ਇਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿਹਾ ਠੀਕ ਹੈ ਮੈਗਨੀਸ਼ੀਅਮ ਤੀਸਰੀ ਪਰਤ ਆ ਜਾਂਦੀ ਹੈ ਬੈਰੋਸਫੀਅਰ ਬੈਰੋਸਫੀਅਰ ਜਾਂ 베리스ਫੀਅਰ ਜਿਹੜੀ ਹੈ ਤੀਸਰੀ ਪਰਤ ਹੈ ਜਿਸ ਨੂੰ ਆਪਾਂ ਕੋਰ ਵੀ ਕਹਿ ਦਿੰਨੇ ਹੈਗੇਾਂਗੇ ਅਤੇ ਇਸ ਤੋਂ ਲਾਭ ਇਸ ਨੂੰ ਆਪਾਂ ਨਾਈਫ ਦੇ ਨਾਮ ਨਾਲ ਵੀ ਜਾਣਦੇ ਹਾਂ ਇਸ ਤੋਂ ਲਾਭ ਇਸ ਨੂੰ ਆਪਾਂ ਨਾਈਫ ਦੇ ਨਾਮ ਨਾਲ ਵੀ ਜਾਣਦੇ ਆ ਨਾਈਫ ਤੋਂ ਭਾਵ ਹੈ ਨਿਕਲ ਪਵ ਲੋਹਾ ਨਿਕਲ ਅਤੇ ਆਇਰਨ ਠੀਕ ਹੈ ਨਿੱਕਲ ਅਤੇ ਆਇਰਨ ਜਿਹਨੂੰ ਫਰਿਸ ਕਹਿੰਦੇ ਆ ਇਹਨਾਂ ਦੋਨਾਂ ਤੱਤਾਂ ਤੋਂ ਮਿਲ ਕੇ ਬਣਦਾ ਹੈ ਤੇ ਤਿੰਨ ਪਰਤਾਂ ਜਿਹੜੀਆਂ ਸਾਡੀ ਧਰਤੀ ਦੀਆਂ ਦੇਖਣ ਨੂੰ ਮਿਲਦੀਆਂ ਨਹੀਂ ਨੈਕਸਟ ਹੈ ਜੀ 10 ਨੰਬਰ ਤੱਤ ਦੀ ਸਭ ਤੋਂ ਉੱਪਰਲੀ ਕਠੋਰ ਸਤਹ ਹੈ ਬਾਜੂਮੰਡਲ ਹਾਈਡਰੋਸਫੀਅਰ ਜੀਵਮੰਡਲ ਜਾਂ ਲਿਥੋਸਫੀਅਰ ਧਰਤੀ ਦੀ ਸਭ ਤੋਂ ਉੱਪਰਲੀ ਖਠੋਰ ਸਤਾ ਦੀ ਗੱਲ ਕੀਤੀ ਗਈ ਹੈ ਤਾਂ ਕਠੋਰ ਸਤਾ ਕਿਹੜੀ ਇਹਨਾਂ ਦੇ ਵਿੱਚੋਂ ਲਿਥੋਸਫੀਅਰ ਜਿਹੜੀ ਹੈ ਉਹ ਸਭ ਤੋਂ ਕਠੋਰ ਪਰਤਾਂ ਦੇ ਵਿੱਚੋਂ ਇੱਕ ਹੈ ਬਾਯੂ ਮੰਡਲ ਤੋਂ ਉੱਪਰ ਹੈ ਹਾਈਡਰੋਸਫੀਅਰ ਪਾਣੀ ਆ ਜਾਂਦਾ ਜੀ ਮੰਡਲ ਜੀਵਾਂ ਦੇ ਲਈ ਹੈ ਬਟ ਲਿਥੋਸਫੀਅਰ ਜਿਹੜੀ ਉਹ ਸਥਲ ਮੰਡਲ ਨੂੰ ਕਹ ਦਿੰਦੇ ਹੈ ਕਿ ਹੈਗੇ ਇਸ ਕਰਕੇ ਸਭ ਤੋਂ ਕਠੋਰ ਪਰਤ ਹੈ ਓਕੇ 31 ਨੰਬਰ ਧਰਤੀ ਦੀ ਔਸਤ ਘੰਤਾ ਲਗਭਗ ਡੈਸ਼ ਜੀਐਮ ਸੈਂਟੀਮੀਟਰ ਦੇ ਵਿੱਚ ਹੈ 7.9 ਜੀਐਮ ਹੈ ਸੌਰੀ 7.99 ਜੀਐਮ ਹੈ 10.31 ਹੈ 5.51 ਹੈ ਜਾਂ 7.71 ਹੈ ਤਾਂ ତਰਤੀ ਦੀ ਜਿਹੜੀ ਔਸਤਨ ਡੈਂਸਿਟੀ ਹੈ ਘਣਤਾ ਹੈ ਜਿਹੜੀ ਉਹ ਹੈਗੀ ਹੈ ਜੀ 5.51 ਇਹ ਔਸਤਨ ਪੁੱਛਿਆ ਗਿਆ ਹੈਗਾ ਤੇ 5.51 ਜੀਐਮ ਸੀਐਮ ਦੇ ਵਿੱਚ ਜਿਹੜਾ ਇਸ ਨੂੰ ਡਿਵਾਈਡ ਕੀਤਾ ਗਿਆ ਹੈ ਇਹ ਔਸਤਨ ਘਣਤਾ ਹੈ ਕਿਹਾ ਧਰਤੀ ਦੀ ਕਰਸਟ ਦੀ ਜਿਹੜੀ ਘਣਤਾ ਹੈ ਉਹ ਹੈ 3.3 ਜੀਐਮ ਸੈਂਟੀਮੀਟਰ ਕਨ ਮੋਲ ਠੀਕ ਹੈ ਧਰਤੀ ਦੇ ਕੋਰ ਦੀ ਜਿਹੜੀ ਘਣਤਾ ਹੈ ਉਹ ਸਭ ਤੋਂ ਵੱਧ ਘਣਤਾ ਹੈ ਜਿਹੜੀ ਕਿ 13.6 ਜੀਐਮ ਸੀਐਮ ਜਾਨੀ ਕਿ ਘਣਤਾ ਦੇ ਵਿੱਚ ਆ ਜਾਂਦੀ ਹੈਗੀ ਠੀਕ ਹੈ ਅਤੇ ਧਿਆਨ ਰੱਖਣਾ ਹੈ ਇੰਟਰਨੈਸ਼ਨਲ ਯੂਨੀਅਨ ਆਫ ਜਿਓਡੇਸੀ ਐਂਡ ਜੀਓਫਿਜ਼ਿਕਸ ਦੇ ਖੋਜ ਦੇ ਆਧਾਰ ਦੇ ਉੱਪਰ ਧਰਤੀ ਦੇ ਅੰਦਰੂਨੀ ਹਿੱਸੇ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਹੈ ਕਰਸਟ ਮੈਂਟਲ ਤੇ ਕੋਰ ਨੈਕਸਟ ਹੈ 32 ਨੰਬਰ ਕੀੜਾ ਤੱਤ ਧਰਤੀ ਦੀ crust ਦੀ ਪੁੰਜ ਦਾ 46.6% ਹੈ ਲੋਹਾ ਆਕਸੀਜਨ ਅਲੂਮੀਨੀਅਮ ਜਾਂ ਸਿਲੀਕੋਨ ਤੇ ਹੈ ਆਕਸੀਜਨ ਜੋ ਕਿ ਸਭ ਤੋਂ ਵੱਧ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਧਰਤੀ ਦੀ crust ਦੇ ਵਿੱਚ ਦੂਸਰੇ ਨੰਬਰ ਤੇ ਸਿਲੀਕੋਨ ਆ ਜਾਂਦਾ ਹੈ ਚੌਥੇ ਨੰਬਰ ਤੇ ਲੋਹਾ ਆ ਜਾਂਦਾ ਹੈ ਓਕੇ ਤੇ ਤਿੰਨ ਪ੍ਰਮੁੱਖ ਤੱਤ ਹੈਗੇ ਨੇ ਜੋ ਐਗਜ਼ਾਮ ਦੇ ਵਿੱਚ ਆਉਂਦੇ ਰਹਿੰਦੇ ਹੈਗੇ ਆ ਤਾਂ 46.6% ਜਿਹੜੀ ਆਕਸੀਜਨ ਹੈ ਉਹ ਪਾਈ ਜਾਂਦੀ ਹੈ ਕੀ ਆ ठीक है तो ता अठ अठानवे प्रतिशत तत्त जोड़े है वो अठ तत्तों तो ही मिलकर बने हैं ऑक्सीजन जी कि छियाली पॉइंट छे प्रतिशत है सिलीकॉन सताई पॉइंट सत्त प्रतिशत है अलमीनियम तेरह पॉइंट अठ प्रतिशत है आयरन जाने के लोहा पं प्रतिशत मैगनीशिय। है मैगनीशियम जो अठ पॉइंट एक ही है कैलशियम जो तीन पॉइंट छे प्रतिशत है पोटाशियम दोंट चार प्रतिशत है सोडियम जोड़ा है वह दोंट अठ प्रतिशत है तो भी चार तत्व रोल अदा करते हैं क्रस्ट के लिए ਤੇ 3 ਨੰਬਰ భూਮਧ ਰੇਖਾ ਤੋਂ ਤ੍ਰੂਵਾਂ ਤੱਕ ਸਾਰੇ ਸਮਾਨੰਤਰਾਂ ਨੂੰ ਚੱਕਰ ਦੇ ਵਜੂ ਜਣਿਆ ਜਾਂਦਾ ਹੈ ਸਮਾਨੰਤਰ ਇਕਾਸ਼ਿਸ਼ ਰੇਖਾ ਮਾਰਕਟਿਕ ਸਰਕਲ ਕਰਕ ਰੇਖਾ ਜਾਂ ਅੰਟਾਰਕਟਿਕ ਸਰਕਲ భూਮਧ ਰੇਖਾ ਤੋਂ ਤ੍ਰੂਵਾਂ ਤੱਕ ਸਾਰੇ ਸਮਾਨੰਤਰ ਚੱਕਰ ਚੱਕਰ ਤੋਂ ਭਾਵ ਹੈ ਕਿ ਜਿਹੜੀਆਂ ਰੇਖਾਵਾਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਇਹ ਜਾਂਦੀਆਂ ਹੈ ਭੂਮਧ ਰੇਖਾ ਤੋਂ ਇਸ ਤਰੀਕੇ ਦੇ ਨਾਲ ਠੀਕ ਹੈ ਤਰੋਬਾਂ ਦੇ ਵਾਲ ਇਹਨੂੰ ਕਹਿ ਦਿੰਦੇ ਹੈਗੇ ਸਮਾਨਾਂਤਰ ਹੁਣ ਇੱਥੇ ਮੈਂ ਸਮਾਨਾਂਤਰ ਤੋਂ ਲਿਆ ਗਿਆ ਸ਼ਬਦ ਇਸ ਕਰਕੇ ਇਸ ਨੂੰ ਜਿਹੜਾ ਹੈ ਆਪਾਂ ਲੈਟੀਟਿਊਡ ਕਹਿ ਦਿੰਨੇ ਹੈਗੇਗੇ ਜਿਹੜੀ ਕਿ ਆਕਾਸ਼ਿਸ਼ ਕਹਾਉਂਦੀਆਂ ਨੇ ਪੰਜਾਬੀ ਦੇ ਵਿੱਚ ਇਨਰ ਖਾਵਾਂ ਨੂੰ ਕਹਿੰਦੇ ਆ ਕਿਉਂਕਿ ਸਮਾਨਾਂਤਰ ਇੱਕੋ ਜੀ ਦੂਰੀ ਹੈ ਇੱਕ ਦੂਸਰੇ ਤੋਂ ਇਹਨਾਂ ਦੀ ओके सो ਇਸ ਤਰ੍ਹਾਂ ਦੀ ਹੈ ਜੋ ਕਿ ਆ ਲਾਈਨਸ ਨੇ ਪੈਨ ਦੀ ਗੱਲ ਕਰ ਰਹੇ ਸੀਗੇ ਕੁਐਸਚਨ ਦੇ ਅਕੋਰਡਿੰਗ ਇਹ ਹੈ ਲੈਟੀਟਿਊਡ ਜਿਹੜੀਆਂ ਕਿ ਭੂ ਮਦਰੀਖਾ ਤੋਂ ਉੱਪਰ ਨੂੰ ਇਸ ਤਰੀਕੇ ਦੇ ਨਾਲ ਜਾਂਦੀਆਂ ਹੈਗੀਆਂ ਨੇ ਔਰ ਇਹ ਲੌਂਗੀਟਿਊਡ ਜਿਨ੍ਹਾਂ ਨੂੰ ਦੇਸ਼ਾਂਤਰ ਕਿਹਾ ਜਾਂਦਾ ਹੈ ਇਹ ਉੱਤਰ ਤੋਂ ਦੱਖਣ ਤੱਕ ਜਿਹੜੀਆਂ ਦੀ ਲੰਬਾਈ ਰਹਿੰਦੀ ਹੈਗੀ ਹੈਗੀ ਠੀਕ ਹੈ ਇਹ ਚ ਪੁੱਛਿਆ ਗਿਆ ਹੈ ਇਕਵੇਟਰ ਸਭ ਤੋਂ ਪ੍ਰਮੁੱਖ ਠੀਕ ਹੈ ਮੈਂਸ਼ਨ ਕੀਤੀ ਗਈ ਹੈ ਭੂ ਮਦਰੀਖਾ ਭੂ ਮਦਰੀਖਾ ਜਿਹੜੀ ਹੈ ਇਹ ਧਰਤੀ ਦੀ ਸਤਾ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਨਿਕਲਦੀ ਹੈ ਬਟ ਇਹ ਇੱਕ ਕਲਪਨਿਕ ਰੇਖਾ ਹੈ ਕੋਈ ਐਕਚੁਅਲ ਦੀ ਵਿੱਚ ਨਹੀਂ ਹੈਗੀ ਠੀਕ ਹੈ ਜੋ ਕਿ ਧਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦੀ ਹੈ ਇੱਕ ਨੂੰ ਆਪਾਂ ਕਹਿ ਦਿੰਨੇ ਹਾਂ ਉਤਰੀ ਗੋਲ ਅਰਧ ਦੂਸਰੇ ਨੂੰ ਕਹਿ ਦਿੰਨੇ ਆਪਾਂ ਦੱਖਣੀ ਗੋਲ ਅਰਧ ਆਪੂ ਮਦਰੀਖਾ ਹੈਗੀ ਹੈਗੀ ਇਹਦੇ ਉੱਪਰਲੇ ਹਿੱਸੇ ਨੂੰ ਉਤਰੀ ਗੋਲ ਅਰਧ ਕਿਹਾ ਜਾਊਗਾ ਦੱਖਣੀ ਹਿੱਸੇ ਨੂੰ ਜਿਹੜਾ ਹੈ ਦੱਖਣੀ ਗੋਲ ਅਰਧ ਜਾਂ ਹਿਮਿਸਫੀਅਰ ਜਿਹੜਾ ਹੈ ਉਹ ਕਿਹਾ ਜਾਊਗਾ ਦੋ ਹਿੱਸਿਆਂ ਦੇ ਵਿੱਚ ਭੂਮਾਦ੍ਰਿਕ ਇਸ ਨੂੰ ਵੰਡ ਲੈਂਦੀ ਹੈ ਵਿਚਕਾਰ ਦੀ ਜਿਹੜੀ ਰੇਖਾ ਨਿਕਲਦੀ ਹੈਗੀ ਹੈਗੀ ਠੀਕ ਹੈ ਸੋ ਇਸ ਨੂੰ ਹੀ ਦੋ ਹਿੱਸਿਆਂ 'ਚ ਵੰਡ ਦਿੰਦੀ ਹੈਗੀ ਆ ਉਸੇ ਤਰੀਕੇ ਦੇ ਨਾਲ 0 ਡਿਗਰੀ ਦਿਸ਼ਾਤਰ ਜੋ ਕਿ ਦੇ ਬਿਲਕੁਲ ਸੈਂਟਰ 'ਚ ਜਾਂਦੀ ਹੈਗੀ ਹੈ ਜਿਸ ਨੂੰ ਆਪਾਂ ਪ੍ਰਾਈਮਰੀ ਟਨ ਲਾਈਨ ਜਿਹੜਾ ਕਹਿੰਦੇ ਨੇ ਹੈਗੇ ਆ ਉਹ ਜਿਹੜਾ ਹੈ ਧਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈਗੀ ਹੈਗੀ ਇੱਕ ਹਿੱਸੇ ਨੂੰ ਕਹਿੰਦੇ ਹੈਗੇ ਅਗੇ ਪੱਛਮੀ ਗੋਲਾ ਅਰਧ ਦੂਸਰੇ ਹਿੱਸੇ ਨੂੰ ਕਹਿੰਦੇ ਹੈਗੇ ਅਗੇ ਪੂਰਵੀ ਗੋਲਾ ਤਾਂ ਇਹ ਦੋ ਹੀ ਹਿੱਸੇ ਦੇ ਵਿੱਚ ਇਸ ਨੂੰ ਵੰਡ ਦਿੰਦੇ ਹੈਗੇ ਆ ਇਹ ਖੜਮੀ ਲੂਟ ਹੈਗੀਆਂ ਨੇ ਗੀਆਂ ਜਿਹੜੀਆਂ ਲੌਂਗੀਟਿਊਡ ਨੇ ਅਤੇ ਲੈਟੀਟਿਊਡ ਹੈ ਜਿਹੜੀਆਂ ਉਹ ਫੈਮੇ ਲੋਡ ਦੇ ਉੱਪਰ ਹੈ ਠੀਕ ਹੈ ਇੱਥੇ ਧਿਆਨ ਰੱਖਣਾ ਕਿ ਜਿਹੜੀਆਂ ਕਾਂਸ਼ੀਅਸ ਨੇ ਲੈਟੀਟਿਊਡ ਨੇ ਗੀਆਂ ਇਹ ਸਮਾਨਾਂਤਰ ਹੁੰਦੀਆਂ ਨੇ ਬਟ ਉੱਥੇ ਹੀ ਜਿਹੜਾ ਕਹਿ ਸਕਦੇ ਆਪਾਂ ਲੌਂਗੀਟਿਊਡ ਨੇ ਇਹ ਸਮਾਨਾਂਤਰ ਨਹੀਂ ਹੁੰਦੀਆਂ ਇੱਕ ਦੂਜੇ ਤੋਂ ਦੂਰ ਹੁੰਦੀਆਂ ਨੇ ਠੀਕ ਹੈ ਲੈਟੀਟਿਊਡ ਦੇ ਵਿੱਚ 23.5 ਡਿਗਰੀ ਜਾਂ 23.5 ਡਿਗਰੀ ਉੱਤਰੀ ਕਾਂਸ਼ੀਅਸ ਜਿਹੜੀਆਂ ਰੇਖਾਵਾਂ ਹੁੰਦੀਆਂ ਨੇ ਉਹਨੂੰ ਕਹਿ ਦਿੰਦੇ ਹੈ ਕਰਕ ਰੇਖਾ ਠੀਕ ਹੈ ਜਿਹਨੂੰ ਕਿ ਟ੍ਰੋਪਿਕ ਆਫ ਕੈਂਸਰ ਕਹ ਦਿੰਦੇ ਹੈਗੇ ਇਹ ਸਾਡੇ ਭਾਰਤ ਦੇ ਵਿੱਚੋਂ ਦੀ ਕ੍ਰਾਸ ਕਰਦੀ ਹੈ ਭਾਰਤ ਦੇ 8 ਰਾਜਾਂ ਦੇ ਵਿੱਚੋਂ ਦੀ ਨਿਕਲਦੀ ਹੈ ਇਹਦੇ ਉੱਪਰ ਹੀ ਸਭ ਤੋਂ ਵੱਡਾ ਦਿਨ ਬੰਨਦਾ ਹੁੰਦਾ ਹੈ ਇਹਦੇ ਉੱਪਰ ਹੀ ਸਭ ਤੋਂ ਛੋਟਾ ਦਿਨ ਬੰਨਦਾ ਹੁੰਦਾ ਹੈ ਠੀਕ ਹੈ ਨੈਕਸਟ ਹੈ ਜੀ ਸਾਡੇ 23 ਡਿਗਰੀ ਦੱਖਣੀ ਕਾਸ਼ਿਸ਼ ਇਹਨੂੰ ਕਹ ਦਿੰਦੇ ਆ ਮਕਰ ਰੇਖਾ ਜੋ ਕਿ ਆਸਟ੍ਰੇਲੀਆ ਦੇ ਵਿੱਚੋਂ ਦੀ ਗੁਜ਼ਰਦੀ ਹੈਗੀ ਹੈਗੀ ਇਹ ਦੱਖਣ ਦੇ ਵਿੱਚ ਹੈ ਇੱਥੇ ਵੀ ਸੇਮ ਚੀਜ਼ ਹੈ ਕਿ ਗਰਮੀਆਂ ਦੇ ਵਿੱਚ ਇੱਕ ਵੱਡਾ ਦਿਨ ਹੁੰਦਾ ਤੇ ਸਰਦੀਆਂ ਦੇ ਵਿੱਚ ਇੱਕ ਛੋਟਾ ਦਿਨ ਹੁੰਦਾ ਹੈ ਇਸ ਰੇਖਾ ਦੇ ਉੱਪਰ ਠੀਕ ਹੈ ਨੈਕਸਟ ਹੈ ਜੀ ਅੱਗੇ 34 ਨੰਬਰ 66 ਡਿਗਰੀ ਉਤਰੀ ਅਕਾਂਸ਼ੀਸ਼ ਕੀ ਦਰਸਾਉਂਦਾ ਹੈ ਕਰਕ ਰੇਖਾ ਦਰਸਾਉਂਦਾ ਹੈ ਮਕਰ ਰੇਖਾ ਦਰਸਾਉਂਦਾ ਹੈ ਜਾਂ ਆਰਕਟਿਕ ਸਰਕਲ ਜਾਂ ਫਿਰ ਅੰਟਾਰਕਟਿਕ ਸਰਕਲ 66 ਡਿਗਰੀ ਜਾਂ 66 ਡਿਗਰੀ ਜਿਹੜੀ ਹੈ ਉਤਰੀ ਅਕਾਂਸ਼ੀਸ਼ ਪੁੱਛਿਆ ਗਿਆ ਹੈ ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਕਿ ਉਹਦੇ ਨਾਲ ਨਾਰਥ ਲੱਗਿਆ ਹੈ ਜਾਂ ਉੱਤਰ ਲੱਗਿਆ ਹੈ ਉਹਦੇ ਆਧਾਰ ਦੇ ਉੱਪਰ ਜਿਹੜਾ ਤੁਹਾਡਾ ਆਨਸਰ ਹੈ ਉਹ ਚੇਂਜ ਹੋ ਜਾਵੇਗਾ ਠੀਕ ਹੈ ਤਾਂ ਉੱਤਰ ਦੇ ਵਿੱਚ ਪੁੱਛਿਆ ਗਿਆ ਧਰਤੀ ਦੇ ਤਾਂ ਉੱਤਰ ਦੇ ਵਿੱਚ ਆਉਂਦਾ ਹੈ ਆਰਕਟਿਕ ਸਰਕਲ ਆਰਕਟਿਕ ਸਰਕਲ ਜਿਹੜਾ ਹੈ 66 ਡਿਗਰੀ ਦੇ ਨਾਰਥ ਦੇ ਵਿੱਚ ਸਥਿਤ ਹੈ ਉਥੇ ਅੰਟਾਰਕਟਿਕਾ ਜਿਹੜਾ ਹੈ ਇਹ ਸਥਿਤ ਹੈ 66 ਡਿਗਰੀ ਦੱਖਣ ਦੇ ਵਿੱਚ ਠੀਕ ਹੈ ਕਰਕ ਰੇਖਾ ਜਿਹੜੀ ਹੈ ਇਹ ਸਥਿਤ ਹੈ 23 ਡਿਗਰੀ ਸਾਡੇ 23 ਡਿਗਰੀ ਉੱਤਰ ਦੇ ਵਿੱਚ ਅਤੇ ਮਕਰ ਰੇਖਾ ਜਿਹੜੀ ਹੈ ਇਹ ਸਥਿਤ ਹੈ 23 ਡਿਗਰੀ ਦੱਖਣ ਦੇ ਵਿੱਚ ਇਹ ਦੱਖਣ ਤੇ ਉੱਤਰ ਜਿਹੜੇ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਹੈ ਇਹਨਾਂ ਚੀਜ਼ਾਂ ਦਾ ਖਾਸ ਤੌਰ ਦੇ ਪਰ ਧਿਆਨ ਰੱਖਣਾ ਠੀਕ ਹੈ ਹਾਂਜੀ ਇੱਥੇ ਆਪਾਂ ਸਮਝ ਲੈਣੇ ਹੈਗੇਂਗੇ ਅਚੈ ਕਾਫੀ ਜ਼ਿਆਦਾ ਮਤਲਬ ਵੀਡੀਓ ਵਾਇਰਲ ਹੋ ਰਹੀ ਸੀ ਕਿ ਜਿਹੜਾ ਧਰਤੀ ਦਾ ਦੂਰ ਜਾਣ ਕਰਨ ਕਰਕੇ ਸੂਰਤੇ ਜਿਹੜੀਆਂ ਉਹ ਸਰਦੀਆਂ ਦਾ ਮੌਸਮ ਆਉਂਦਾ ਹੈ ਜਾਂ ਫਿਰ ਜਦੋਂ ਨੇੜੇ ਹੁੰਦਾ ਉਦੋਂ ਗਰਮੀਆਂ ਦਾ ਮੌਸਮ ਹੁੰਦਾ ਉਹ ਜਿਹੜਾ ਨਹੀਂ ਹੁੰਦਾ ਹੈਗਾ ਵੈਸੇ ਵੀ ਵੀਡੀਓ ਪਾਈ ਸੀ ਕਿ ਇਹ ਜਿਹੜਾ ਹੁੰਦਾ ਹੈ ਸਰਕਲ ਉਹ ਇਸੇ ਕਾਰਨ ਕਰਕੇ ਹੁੰਦਾ ਕਿ ਜਿਹੜੀ ਸਾਡੀ ਧਰਤੀ ਹੈ ਨਾ ਉਹ ਕੁਝ ਇਸ ਤਰੀਕੇ ਦੇ ਨਾਲ ਝੁਕੀ ਹੋਈ ਹੈ ਇਹ ਚੱਕਰ ਲਗਾਉਂਦੀ ਹੈ ਜਦੋਂ ਸੂਰਜ ਦੇ ਸਾਹਮਣੇ ਤੇ ਇਹਦੇ ਕਾਰਨ ਕਰਕੇ ਹੁੰਦਾ ਕਿ ਕਦੇ ਤਾਂ ਸੂਰਜ ਦੇ ਸਾਹਮਣੇ ਉੱਤਰ ਵਾਲਾ ਹਿੱਸਾ ਜਾਂਦਾ ਹੈ ਠੀਕ ਹੈ ਤੇ ਕਦੇ ਜਿਸ ਦੇ ਕਾਰਨ ਕਰਕੇ ਇਹ ਗਰਮੀਆਂ ਤੇ ਸਰਦੀਆਂ ਦਾ ਜਿਹੜਾ ਮੌਸਮ ਹੈ ਉਹ ਚੇਂਜ ਹੁੰਦਾ ਰਹਿੰਦਾ ਹੈ ਤੇ ਜੋ ਪਹਿਲਾਂ ਆਪਾਂ ਇਹ ਸਮਝ ਲਈਗੇ ਕਿ ਜਿਹੜੀਆਂ ਰਖਾਵਾਂ ਨੇ ਉਹ ਕਿਹੜੀਆਂ ਨੇ ਫਿਰ ਮੈਂ ਤੁਹਾਨੂੰ ਉਹ ਫੈਕਟ ਵੀ ਦੱਸਾਂਗਾ ਤમે ਗੱਲ ਕੀਤੀ ਸੀ ਕਿ ਭੂਮਾਧ ਰੇਖਾ ਦੇ ਉੱਤਰ ਦੇ ਵੱਲ 66 ਡਿਗਰੀ ਅਕਾਂਸ਼ਿਸ਼ ਜਿਹਨੂੰ ਕਿ ਲੈਟੀਟਿਊਡ ਕਹਿੰਦੇ ਆ ਉਹਨੂੰ ਕੀ ਕਹਿੰਦੇ ਆ ਆ 66 ਡਿਗਰੀ ਵਾਲਾ ਪੁਆਇੰਟ ਹੈ ਸਾਢੇ 66 ਵਾਲਾ ਠੀਕ ਹੈ ਜਿਸਨੂੰ ਕਿ ਆਰਕਟਿਕ ਸਰਕਲ ਕਹਿੰਦੇ ਹਨ ਕਿ ਆ ਸੋ ਇਹ ਸਾਰਾ ਜਿਹੜਾ ਧਰਤੀ ਦੇ ਉੱਪਰ ਬਣਿਆ ਹੋਇਆ ਠੀਕ ਹੈ ਉਸੇ ਤਰੀਕੇ ਦੇ ਨਾਲ ਸਾਢੇ 66 ਡਿਗਰੀ ਦੱਖਣ ਵਾਲਾ ਪੁਆਇੰਟ ਹੈ ਜਿਹੜਾ ਉਹਦੇ ਨਾਲ ਐਸ ਲੱਗ ਜਾਂਦਾ ਹੈ ਇਹ ਹੈ ਅੰਟਾਰਕਟਿਕ ਸਰਕਲ ਠੀਕ ਹੈ ਜਿਹੜਾ 90 ਡਿਗਰੀ ਨਾਰਥ ਵਾਲਾ ਹੈ ਉਹਨੂੰ ਕਹਿ ਦਿੰਦੇ ਆ ਨਾਰਥ ਪੋਲ ਉੱਤਰੀ ਤ੍ਰੁਭ ਜਿਹੜਾ 90 ਡਿਗਰੀ ਵਾਲਾ ਪੁਆਇੰਟ ਸਾਊਥ ਦੇ ਵਿੱਚ ਹੈ ਉਹਨੂੰ ਕਹਿ ਦਿੰਦੇ ਆ ਸਾਊਥ ਪੋਲ ਯਾਨੀ ਕਿ ਦੱਖਣੀ ਤ੍ਰੁਭ ਠੀਕ ਹੈ ਵਿਚਕਾਰ ਦੀ ਜਿਹੜੀ ਹੈ 0 ਡਿਗਰੀ ਦੇ ਉੱਪਰ ਜਿਹੜੀ ਰੇਖਾ ਨਿਕਲਦੀ ਹੈ ਉਹਨੂੰ ਕਹਿ ਦਿੰਦੇ ਆ ਇਕਵੇਟਰ ਭੂਮਾਧ ਰੇਖਾ ਇੱਥੇ ਦਿਨ ਤੇ ਰਾਤ ਜਿਹੜੇ ਉਹ ਬਰਾਬਰ ਰਹਿੰਦੇ ਹੈਗੇ ਆ ਦਨ ਤੇ ਰਾਤ ਬਰਾਬਰ ਰਹਿੰਦੇ ਹੈ ਕਿਆ ਇਸ ਤੋਂ ਉੱਪਰਲੀ ਸਾਈਡ ਚੱਲਾਂਗੇ 23 ਡਿਗਰੀ ਦੇ ਉੱਪਰ 23 ਡਿਗਰੀ ਦੇ ਉੱਪਰ ਜਿਹੜੀ ਰੇਖਾ ਨਿਕਲਦੀ ਆ ਉਹਨੂੰ ਕਹਿੰਦੇ ਆ ਟ੍ਰੋਪਿਕ ਆਫ ਕੈਂਸਰ ਯਾਨੀ ਕਿ ਮਕਰ ਰೇಖਾ ਇਹ ਸਾਡੇ ਭਾਰਤ ਦੇ ਵਿੱਚੋਂ ਦੀ ਕ੍ਰਾਸ ਕਰਦੀ ਹੈਗੀ ਆ ਤੇ ਭਾਰਤ ਦੇ 8 ਰਾਜਾਂ ਦੇ ਵਿੱਚੋਂ ਦੀ ਕ੍ਰਾਸ ਕਰਦੀ ਹੈ ਇਹਦੇ ਉੱਪਰ ਯਾਦ ਰੱਖਣਾ ਹੈ ਕਿ 21 ਜੂਨ ਨੂੰ ਜਿਹੜਾ ਹੈ ਸਭ ਤੋਂ ਵੱਡਾ ਦਿਨ ਹੁੰਦਾ ਹੈ ਠੀਕ ਹੈ 21 ਜੂਨ ਨੂੰ ਇੱਥੇ ਵੱਡਾ ਦਿਨ ਹੁੰਦਾ ਹੈ ਕਗਾ ਉੱਥੇ ਹੀ ਇੱਥੇ 22 ਦਸੰਬਰ ਨੂੰ ਜਿਹੜਾ ਹੈ ਸਭ ਤੋਂ ਛੋਟਾ ਦਿਨ ਹੁੰਦਾ ਹੈ 22 ਦਸੰਬਰ ਨੂੰ ਸਭ ਤੋਂ ਛੋਟਾ ਦਿਨ ਹੁੰਦਾ ਹੈ ਓਕੇ ਇਹਦੇ ਲਈ ਸਾਈਡ ਤੇ نیچے ਆਵਾਂਗੇ ਤਾਂ ਟ੍ਰੋਪਿਕ ਆਫ ਕੈਪ੍ਰਿਕੌਰਨ ਜਿਹਨੂੰ ਕਿ ਮਕਰ ਰೇಖਾ ਕਹਿ ਦਿੰਦੇ ਹੈਗੇ ਕਿ ਇਹ ਵੀ ਸਾਡੇ 23 ਡਿਗਰੀ ਦੇ ਉੱਪਰ ਸਥਿਤ ਹੈ ਸਾਡੇ 23 ਡਿਗਰੀ ਦੇ ਉੱਪਰ ਸਥਿਤ ਹੈ ਆ ਜਿਹੜੀਆਂ ਚੀਜ਼ਾਂ ਮੈਂ ਉੱਤਰ ਦੇ ਵਿੱਚ ਦੱਸਿਆ ਨੇ ਸੇਮ ਚੀਜ਼ਾਂ ਇਹ ਉਲਟ ਹੋ ਜਾਣਗੀਆਂ ਜੇ ਤੱਕ ਕਰਕ ਰੇਖਾ ਦੇ ਉੱਪਰ ਸਭ ਤੋਂ ਵੱਡਾ ਦਿਨ ਹੈ 21 ਜੂਨ ਨੂੰ ਤਾਂ ਫਿਰ ਉਹਦੇ ਉਲਟ ਹੋ ਜਾਵੇਗਾ ਟ੍ਰੋਪਿਕ ਆਫ ਕੈਪ੍ਰਿਕੌਰਨ ਦੇ ਉੱਪਰ 21 ਜੂਨ ਨੂੰ ਸਭ ਤੋਂ ਛੋਟਾ ਦਿਨ ਠੀਕ ਹੈ ਉਥੇ ਜੇਕਰ ट्रॉपिक ऑफ कैंसर ਦੇ ਉੱਪਰ ਸਭ ਤੋਂ ਛੋਟਾ ਦਿਨ ਜਾਨੀ ਕਿ 22 ਦਸੰਬਰ ਦੀ ਡੇਟ ਹੈ ਤਾਂ ਉੱਥੇ ਹੀ ट्रॉपिक ऑफ कैप्रिकॉर्न ਦੇ ਉੱਪਰ ਸਭ ਤੋਂ ਵੱਡਾ ਦਿਨ ਹੋਵੇਗਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਹੋਵੇਗਾ ਠੀਕ ਹੈ ਹੁਣ ਜਿਹੜਾ ਸੂਰਜ ਹੈ ਉਹ ਮਾਰਚ ਤੱਕ ਜਿਹੜਾ ਹੈ ਉਹ ਇਧਰਲੀ ਸਾਈਡ ਦੇ ਵਿੱਚ ਆ ट्रॉपिक ऑफ कैप्रिकॉर्न ਵਾਲੇ ਖੇਤਰ ਦੇ ਵਿੱਚ ਹੈ ਕਿਉਂਕਿ ਹੁਣ ਸੂਰਜ ਸੂਰਜ ਦੇ ਸਾਹਮਣੇ ਧਰਤੀ ਦਾ ਆ ਹਿੱਸਾ ਹੈਗਾ ਜਿਸ ਨੂੰ ਕਿ ਆਪਾਂ ਦੱਖਣੀ ਜਾਂ ਦੱਖਣੀ ਦ੍ਰੋਪਜਕ ਕਹ ਦਿੰਨੇ ਹੈਗੇ ਠੀਕ ਹੈ ਜਾਂ ਦੱਖਣੀ ਗੋਲਾ ਦਾ ਕਹ ਦਿੰਨੇ ਆ ਇਹ ਸੂਰ ਦੇ ਸਾਹਮਣੇ ਆ ਮਾਰਚ ਦੇ ਵਿੱਚ ਜਿਹੜਾ ਹੈ ਫਿਰ ਉੱਤਰ ਵਾਲਾ ਹਿੱਸਾ ਜਿਹੜਾ ਸੂਰ ਦੇ ਸਾਹਮਣੇ ਹੋ ਜਾਊਗਾ ਜਿਸ ਦੇ ਕਾਰਨ ਕਰਕੇ ਸਾਡੇ ਭਾਰਤ ਦੇ ਵਿੱਚ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਊਗਾ ਤੇ ਇਸ ਖੇਤਰ ਦੇ ਵਿੱਚ ਜਿਹੜਾ ਹੈ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਊਗਾ ਇਹ ਚੱਕਰ ਹੈ ਕਿਉਂਕਿ ਘੁੰਮਦੀ ਰਹਿੰਦੀ ਹੈ ਧਰਤੀ ਆਪ ਦੀ ਰੋਟੇਸ਼ਨ ਦੇ ਸਾਹਮਣੇ ਵੀ ਘੁੰਮਦੀ ਹੈ ਜਿਸ ਦੇ ਨਾਲ ਤਾਂ ਉਹ ਮਤਲਬ ਦਿਨ ਰਾਤ ਬਣਾਉਂਦੀ ਹੈ ਉੱਥੇ ਸੂਰਜ ਦੇ ਦਿਵਾਲੀ ਵੀ ਘੁੰਮਦੀ ਹੈ ਜਿਸ ਦੇ ਨਾਲ ਕੀ ਹੈ ਮੌਸਮਾਂ ਦੇ ਵਿੱਚ ਪਰਿਵਰਤਨ ਹੁੰਦਾ ਹੈ ਠੀਕ ਹੈ ਤਾਂ ਹੁਣ ਸ ਸਾਹਮਣੀ ਆਵਲਾ ਪਾਟਾਊਗਾ ਇਹਦੇ ਵਿੱਚ ਸਾਡਾ ਭਾਰਤ ਸਥਿਤ ਹੈ ਇਸ ਕਾਰਨ ਕਰਕੇ ਮਾਰਚ ਤੋਂ ਗਰਮੀਆਂ ਦਾ ਮਹੀਨਾ ਜਿਹੜਾ ਸ਼ੁਰੂ ਹੋ ਜਾਂਦਾ ਹੈ 35 ਨੰਬਰ ਹੈ ਧਰਤੀ ਦੇ ਭੂਮਾਧ ਰੇਖਾ ਦੇ ਉੱਤਰ ਜਾਂ ਦੱਖਣ ਦੇ ਵਿੱਚ ਕਿਸੇ ਸਥਾਨ ਦੀ ਕੋਣੀ ਦੂਰੀ ਦਾ ਵਰਣਨ ਕਰਨ ਦੇ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ਗੋਲਾਤ ਦੇ ਸ਼ਬਦ ਉਤਰੀ ਤ੍ਰੁਭ ਸੋਰੀ ਤ੍ਰੁਭ ਜਾਂ ਦੇਸ਼ਾਂਤਰ ਜਾਂ ਆਕਾਸ਼ ਅਸ਼ ਉੱਤਰ ਤੋਂ ਦੱਖਣ ਪੁੱਛਿਆ ਗਿਆ ਭੂਮਾਧ ਰੇਖਾ ਦੇ ਅਰਧ ਦੇ ਪੂ ਮਾਤ੍ਰਿਕਾ ਤੋਂ ਉੱਤਰ ਜਾਂ ਦੱਖਣ ਦੇ ਵਿੱਚ ਕਿਸੇ ਵੀ ਕੋਣੀ ਦੁਰ ਨੂੰ ਦਰਸਾਉਣ ਦੇ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ਤਾਂ ਉਹ ਅਕਾਂਸ਼ਸ਼ ਸ਼ਬਦ ਹੈ ਜਿਸ ਨੂੰ ਕਿ ਆਪਾਂ ਲੈਟੀਟਿਊਡ ਕਹਿ ਦਿੰਨੇ ਹੈਗੇ ਜਿਸ ਨੂੰ ਕਿ ਆਪਾਂ ਲੈਟੀਟਿਊਡ ਕਹਿ ਦਿੰਨੇ ਹੈਗੇਗੇ ਓਕੇ ਇਹ ਹੈ ਲੈਟੀਟਿਊਡ ਆ ਕਿਊਟਰ ਆ ਜਾਂਦੀ ਹੈ ਇਹਦੇ ਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਨੇ ਇਹ ਲਾਈਨਸ ਬਣੀਆਂ ਹੋਈਆਂ ਨੇਗੀਆਂ ਜਿਨ੍ਹਾਂ ਨੂੰ ਕਿ ਆਪਾਂ ਅਕਾਂਸ਼ਸ਼ ਕਹਿ ਦਿੰਨੇ ਹਾਂ ਧਿਆਨ ਰੱਖਣਾ ਹੈ ਕਿ 0 ਡਿਗਰੀ ਤੋਂ ਲੈ ਕੇ 90 ਤੱਕ ਹੁੰਦੀਆਂ ਨੇਗੀਆਂ ਇਹ ਠੀਕ ਹੈ ਇਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਕਿ 90 ਤਾਂ ਉੱਤਰੀ ਗੋਲ ਅਰਧ ਦੇ ਵਿੱਚ ਨਿਗੀਆਂ ਇਹ ਠੀਕ ਹੈ ਨਦਰਨ ਹਿਮਸਫੀਅਰ ਐਨ ਐਚ ਦਾ ਮਤਲਬ ਉੱਤਰੀ ਗੋਲ ਅਰਧ 90 ਹੀ ਜਿਹੜੀਆਂ ਕਹਿ ਸਕਦੇ ਹੈਗੀਆਂਗੇ ਇਹ ਸਦਨ ਹਿਮਸਫੀਅਰ ਦੇ ਵਿੱਚ ਆ ਤਾਂ 90 ਤੇ 90 ਜਿਹੜੀਆਂ ਨਿਗੀਆਂ ਇਹ ਟੋਟਲ ਹੋ ਜਾਣੀਆਂ 180 ਠੀਕ ਹੈ ਇਹਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਜੇਕਰ ਆਪਾਂ ਇਹਦੇ ਵਿੱਚ ਭੂਮੱਧ ਰੇਖਾ ਵੀ ਸ਼ਾਮਲ ਕਰ ਦੇਗੇ ਆ ਜ਼ੀਰੋ ਡਿਗਰੀ ਵੀ ਸ਼ਾਮਲ ਕਰ ਦੇਗੇ ਫਿਰ ਇਹਨਾਂ ਦੀ ਸੰਖਿਆ ਹੋ ਜਾਂਦੀ ਹੈਗੀ ਹੈਗੀ 181 ਫਿਰ ਇਹਨਾਂ ਹੀ ਸੰਖਿਆ ਹੋ ਜਾਂਦੀ ਹੈ 181 ਕਈ ਵਾਰ ਕੁਐਸਚਨ ਆ ਜਾਂਦਾ ਹੈ ਕਿ ਜੇਕਰ ਆਪਾਂ 90 ਡਿਗਰੀ ਨਾਰਥ ਤੇ 90 ਡਿਗਰੀ ਸਾਊਥ ਵਾਲਾ ਖੇਤਰ ਇਹਨੂੰ ਜੇਕਰ ਆਪਾਂ ਇੱਕ ਪੁਆਇੰਟ ਜਾਂ ਬਿੰਦੂ ਮੰਨ ਲੱਗੇ ਤਾ ਫਿਰ ਸਾਡੇ ਕੋਲੇ ਕਿੰਨੀਆਂ ਰਖਾਵਾਂ ਰਹਿ ਜਾਣੀਆਂ ਫਿਰ ਆਪਣੇ ਕੋਲੇ ਦੋ ਰਖਾਵਾਂ ਘਟ ਜਾਣੀਆਂ ਫਿਰ ਆਪਾਂ ਕੀ ਕਰਾਂਗੇ 181 ਦੇ ਵਿੱਚੋਂ ਦੋ ਮਾਈਨਸ ਕਰ ਦੇਵਾਂਗੇ ਜਿਸ ਦੇ ਨਾਲ ਸਾਡੇ ਕੋਲੇ 179 ਜਿਹੜੀਆਂ ਰਖਾਵਾਂ ਨੇ ਉਹ ਰਹਿ ਜਾਣਗੀਆਂ ਕਿਉਂਕਿ 90 ਡਿਗਰੀ ਤੇ ਬਿੰਦੂ ਬਣ ਗਿਆ ਨਾ ਉਹਨੂੰ ਆਪਾਂ ਜਿਹੜਾ ਹੈ ਲਾਈਨ ਦੇ ਵਿੱਚ ਐਡ ਨਹੀਂ ਕਰਾਂਗੇ ਤੇ ਕੁਐਸਚਨ ਤੇ ਡਿਪੈਂਡ ਕਰੂਗਾ ਕਿ ਕਿਸ ਤਰੀਕੇ ਦਾ ਆਇਆ ਹੈ ਨੈਕਸਟ ਹੈ ਜੀ ਚੁੰਬਕੀ ਮੈਰੀਟਨ ਕੀ ਹੈ ਗਗਾ ਧਰਤੀ ਦੇ ਭੂਮਾਧ ਰೇಖੇ ਦੇ ਸਮਾਨੰਤਰ ਹੈ ਆਕਾਂਸ਼ਸ਼ ਹੈ ਧਰਤੀ ਦੇ ਪੰਘੋਲਕ ਉੱਤਰ ਜਾਂ ਭੂਗੋਲਕ ਦੱਖਣ ਦੇ ਵਿੱਚ ਇੱਕ ਰੇਖਾ ਹੈ ਜਿਹ ਧਰਤੀ ਦੇ ਚੁੰਬਕੀ ਉੱਤਰ ਤੇ ਚੁੰਬਕੀ ਦੱਖਣ ਦੇ ਵਿੱਚੋਂ ਲੰਘਦਾ ਖੇਤਰ ਹੈ ਠੀਕ ਹੈ ਮੈਗਨੀਟਿਊਡ ਮੈਰੀਡੀਨ ਜਿਹੜੀ ਹੈ ਉਹ ਕਿਹੜੀ ਹੈ ਜਿਹਨਾਂ ਚੋਂ ਤੇ ਉਹ ਖੇਤਰ ਹੈ ਜਿਹੜਾ ਕਿ ਧਰਤੀ ਦੇ ਚੁੰਬਕੀ ਖੇਤਰ ਨੇ ਜੋ ਉੱਤਰ ਤੇ ਦੱਖਣ ਦੇ ਵਿੱਚੋਂ ਦੀ ਲੰਘਦਾ ਹੈ ਇਹਦੀ ਮੈਗਨੈਟਿਕ ਫੀਲਡ ਜਿਹੜੀ ਹੈ ਉਸ ਨੂੰ ਦਰਸਾਉਂਦਾ ਹੈਗਾ ਠੀਕ ਹੈ ਸੋ ਆ ਦੇਖ ਸਕਦੇ ਆ ਨਾਰਥ ਤੇ ਸਾਊਥ ਜਿਹੜਾ ਇਹਦੇ ਵਿੱਚ ਜਿਹੜਾ ਹੈ ਉਹ ਐਡ ਕੀਤਾ ਗਿਆ ਹੈ ਅਕਾਂਸ਼ੀਸ਼ ਨੂੰ ਲੈ ਕੇ ਇਹ ਪੁਆਇੰਟ ਬਣਦਾ ਹੁੰਦਾ ਹੈ ਸੋ ਇਹ ਹੈ ਓਕੇ ਨੈਕਸਟ ਹੈ ਜੀ ਅੱਗੇ ਸੈਂਟੀਮੈਟਰ ਇਸੇ ਕਰਕੇ ਹੀ ਆਪਣਾ ਜਿਹੜਾ ਮਤਲਬ ਕੰਪਾਸ ਹੁੰਦੀ ਹਨ ਉਹ ਨਾਰਥ ਵੱਲ ਖੜਦੀ ਹੈ ਹਮੇਸ਼ਾ ਹੀ ਚਾਹੇ ਕੁਝ ਵੀ ਹੋ ਜਾਵੇ ਇਸੇ ਕਰਕੇ ਮੈਪ ਦੇ ਉੱਪਰ ਵੀ ਆਪਣੇ ਹਨਾ ਐਨ ਲਿਖਿਆ ਹੁੰਦਾ ਹੈ ਜਾਂ ਕੁਝ ਇਸ ਤਰੀਕੇ ਦਾ ਸਿੰਬਲ ਜਿਹੜਾ ਬਣਿਆ ਹੁੰਦਾ ਉਹ ਡਾਇਰੈਕਸ਼ਨ ਦਾ ਹੀ ਹੁੰਦਾ ਹੈਗਾ ਔਰ ਇਹ ਜਿਹੜੀ ਮੈਗਨੇਟ ਹੁੰਦੀ ਹੈ ਹਮੇਸ਼ਾ ਹੀ ਜਿਹੜਾ ਹੈ ਇਹਦਾ ਇੱਕ ਕੋਨਾ ਨਾਰਥ ਦੇ ਵਿੱਚ ਰੁਕੇਗਾ ਤੇ ਦੂਸਰਾ ਸਾਊਥ ਦੇ ਵਿੱਚ ਰੁਕੇਗਾ ਇਹ ਮੈਗਨੇਟ ਦੀ ਜਿਹੜੀ ਹੈ ਉਹ ਵਿਸ਼ੇਸ਼ਤਾ ਹੈਗੀ ਹੈਗੀ 37 ਨੰਬਰ 1 ਡਿਗਰੀ ਕਾਂਸ਼ਸ ਡੈਸ਼ ਡਿਗਰੀ ਦੇ ਬਰਾਬਰ ਹੁੰਦੀ ਹੈ ਕਿਲੋਮੀਟਰਾਂ ਦੇ ਵਿੱਚ 11 ਕਿਲੋਮੀਟਰ ਹੁੰਦੀ ਹੈ 210 211 ਕਿਲੋਮੀਟਰ ਹੁੰਦੀ ਹੈ ਜਾਂ ਫਿਰ 111 ਜਾਂ ਫਿਰ 311 اچھا ਇਹ ਚ ਕੀ ਪੁੱਛਿਆ ਗਿਆ ਹੈ ਕਿ 1 ਡਿਗਰੀ ਆकांਸ਼ ਜਿਹੜੀ ਕਿ ਇਸ ਤਰੀਕੇ ਦੇ ਨਾਲ ਅਲਾਈਨਸ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ 1 ਡਿਗਰੀ ਤੋਂ ਦੂਸਰੀ ਡਿਗਰੀ ਤੱਕ ਜਾਣ ਦੇ ਲਈ ਫਾਸਲਾ ਕਿੰਨਾ ਹੋਵੇਗਾ ਕਿਲੋਮੀਟਰਾਂ ਦੇ ਵਿੱਚ ਇਹ ਕਾਲਪਨਿਕ ਨੇਗੀਆਂ ਠੀਕ ਹੈ ਤਾਂ ਇਹਨਾਂ ਦੀ ਜਿਹੜੀ ਦੂਰੀ ਰਹੇਗੀ ਉਹ ਰਹੇਗੀ 111 ਕਿਲੋਮੀਟਰ ਠੀਕ ਹੈ ਉਸੇ ਤਰੀਕੇ ਨਾਲ ਜਿਹੜੀਆਂ ਲੌਂਗੀਟਿਊਡ ਨੇਗੀਆਂ ਉਹਨਾਂ ਦੀ ਵੀ ਜਿਹੜੀ ਦੂਰੀ ਹੁੰਦੀ ਹੈ ਇਸ ਤਰੀਕੇ ਨਾਲ ਹੁੰਦੀ ਹੈ ਪਰ ਇਹ ਚ ਇਹ ਚੀਜ਼ ਹੁੰਦੀ ਹੈ ਕਿ ਜਿਹੜਾ 90 ਡਿਗਰੀ ਵਾਲਾ ਪੁਆਇੰਟ ਹੋਵੇਗਾ ਇੱਥੇ 0 ਕਿਲੋਮੀਟਰ ਹੋਵੇਗੀ ਇੱਥੇ ਵੀ 0 ਕਿਲੋਮੀਟਰ ਹੋਗੀ ਭੂਮਾਦਰੀ ਖਾ ਦੀ ਉੱਪਰ ਸਭ ਤੋਂ ਵੱਧ ਹੋਵੇਗੀ ਠੀਕ ਹੈ ਭੂਮਾਦਰੀ ਖਾ ਦੀ ਉੱਪਰ ਇਹ 11 111.3 ਕਿਲੋਮੀਟਰ ਦੇ ਕਰੀਬ ਜਿਹੜਾ ਫਾਸਲਾ ਹੋਊਗਾ ਕਿਉਂਕਿ ਭੂਮਾਦਰੀ ਖਾ ਦੀ ਉੱਪਰ ਸਭ ਤੋਂ ਵੱਧ ਹੋਵੇਗਾ ਨੈਕਸਟ ਹੈ ਜੀ ਸੋ ਇਹ ਮੈਂਸ਼ਨ ਕਰ ਦਿੱਤਾ ਤੁਹਾਨੂੰ ਨਾ ਕਿ ਕਾਂਸ਼ਾ ਜਿਹੜੀਆਂ ਨੇ ਉਹ ਭੂਮਾਦ੍ਰਿਕਾ ਦੇ ਸਮਾਨੰਤਰ ਰੇਖਾਵਾਂ ਖਿੱਚੀਆਂ ਜਾਂਦੀਆਂ ਨੇ ਇਕੋ ਜੀ ਦੂਰੀ ਦੇ ਉੱਪਰ ਨੇ 111 ਕਿਲੋਮੀਟਰ 111 ਕਿਲੋਮੀਟਰ 111 ਕਿਲੋਮੀਟਰ ਬਾਤ ਉਸਤੇ ਹੀ ਜਿਹੜੀਆਂ ਲੌਂਗੀਟਿਊਡ ਨੇਗੀਆਂ ਉਹਨਾਂ ਦੀ ਦੂਰੀ ਵੱਧਦੀ ਘਟਦੀ ਰਹਿੰਦੀ ਹੈ ਜਿਵੇਂ ਜਿਵੇਂ ਅਧਰੋ ਬੰਦੇ ਵੱਲ ਜਾਵਾਂਗੇ ਘਟੇਗੀ ਜਿਵੇਂ ਜਿਵੇਂ ਭੂਮਧਰੀਖਾ ਦੇ ਵੱਲ ਆਵਾਂਗੇ ਉਵੇਂ ਹੀ ਵਧੇਗੀ ਠੀਕ ਹੈ ਤਾਂ ਕੋਲ ਭੂਮਧਰੀਖਾ ਦੇ ਸਮੇਤ ਜਿਹੜੀਆਂ ਨੇ ਇਹ 181 ਹੈਗੀਆਂ ਨੇਗੀਆਂ 1 ਡਿਗਰੀ ਤੋਂ ਦੂਜੀ ਡਿਗਰੀ ਦਾ ਜਿਹੜਾ ਫਾਸਲਾ ਹੈ ਉਹ 111 ਕਿਲੋਮੀਟਰ ਰਹੇਗਾ ਇਹ ਬਰਾਬਰ ਹੁੰਦੀਆਂ ਨੇਗੀਆਂ ਇਸੇ ਤਾਂ ਧਿਆਨ ਰੱਖਣਾ ਹੈ ਅਤੇ ਜਿਹੜੀਆਂ ਇਹ ਰੇਖਾਵਾਂ ਹੁੰਦੀਆਂ ਨੇ ਇਕਾਂਸ਼ ਇਸ ਇਹਨਾਂ ਨੂੰ ਯੂਨਾਨੀ ਅੱਖਰ ਫਾਈ ਦੇ ਉਨਨ ਲਈ ਪ੍ਰਯੋਗ ਕੀਤਾ ਜਾਂਦਾ ਹੈ ਨੈਕਸਟ ਹੈ ਜੀ ਅੱਗੇ 38 ਨੰਬਰ ਮੱਧ ਪ੍ਰਸ਼ਾਂਤ ਮਹਾਸਾਗਰ ਦੇ ਵਿੱਚੋਂ ਲੰਘਣ ਵਾਲੀ ਮੈਰੀਟਨ ਰੇਖਾ ਜੋ ਕਿ ਲਗਭਗ ਡੈਸ਼ ਡਿਗਰੀ ਲੰਬਕਾਰ ਦਾ ਪਾਲਣਾ ਕਰਦੀ ਹੈ ਨੂੰ ਅੰਤਰਰਾਸ਼ਟਰੀ ਮਿਤੀ ਰੇਖਾ ਕਿਹਾ ਗਿਆ ਹੈ 160 ਡਿਗਰੀ 135 ਡਿਗਰੀ 150 ਡਿਗਰੀ 180 ਡਿਗਰੀ ਕਿਹ ਹੈ ਜੀ 180 ਡਿਗਰੀ ਲੰਗਿਟਿਊਡ ਠੀਕ ਹੈ ਲੌਂਗੀਟਿਊਡ ਹੈ ਜੀ ਜੋ ਕਿ ਅੰਤਰਰਾਸ਼ਟਰੀ ਮਿਤੀ ਰੇਖਾ ਜਾਨੀ ਕਿ ਇੰਟਰਨੈਸ਼ਨਲ ਡੇਟ ਲਾਈਨ ਬਣਾਉਂਦੀ ਹੈਗੀ ਹੈਗੀ ਇਹ ਸਭ ਤੋਂ ਇੰਪੋਰਟੈਂਟ ਹੈ ਕਿ ਹੈਗੀ ਓਕੇ ਦੋ ਆਪਣੇ ਕੋਲੇ ਲਾਈਨਸ ਹੁੰਦੀਆਂ ਨੇਗੀਆਂ ਲੌਂਗੀਟਿਊਡ ਦੇ ਵਿੱਚ ਇੱਕ ਹੁੰਦੀ ਹੈ 0 ਡਿਗਰੀ ਪ੍ਰਾਈਮਰੀ ਮਿਟੀਨ ਇੱਕ ਹੁੰਦੀ ਹੈਗੀ ਹੈਗੀ 180 ਡਿਗਰੀ ਪ੍ਰਾਈਮਰੀ ਮਿਟੀਨ ਠੀਕ ਹੈ ਇਹਨੂੰ ਜਿਹੜੀ 180 ਡਿਗਰੀ ਵਾਲੀ ਹੈ ਇਹਨੂੰ ਕਹਿ ਦਿੰਦੇ ਆ ਇੰਟਰਨੈਸ਼ਨਲ ਡੇਟ ਲਾਈਨ ਅਤੇ ਜਿਹੜੀ ਆ 0 ਡਿਗਰੀ ਵਾਲੀ ਹੁੰਦੀ ਹੈ ਇਸ ਨੂੰ ਕਹਿ ਦਿੰਦੇ ਹੈਗੇ ਕਿ ਇੰਟਰਨੈਸ਼ਨਲ ਟਾਈਮ ਲਾਈਨ internationl timeline ਠੀਕ ਹੈ ਜੀ ਸੇ ਇੰਪੋਰਟੈਂਟ ਨੀ ਚੀਜ਼ਾਂ ਯਾਦ ਰੱਖਣੀਆਂ ਹੈਗੀਆਂ ਨੇ ਆਪਾਂ ਇੱਥੇ ਸਿਰਫ ਇੰਟਰਨੈਸ਼ਨਲ ਡੇਟ ਬਾਰੇ ਹੀ ਗੱਲ ਕਰਾਂਗੇ ਕਿਉਂਕਿ ਟਾਈਮਲਾਈਨ ਬਾਰੇ ਆਪਾਂ ਅਗਲੇ ਚ ਗੱਲ ਕਰਾਂਗੇ ਓਕੇ ਇਹ ਚੀਜ਼ ਯਾਦ ਰੱਖਣਾ ਹੈ ਜੀ ਕਿ 180 ਡਿਗਰੀ ਜਿਹੜੀ ਹੈ ਲੰਬਕਾਰ ਦਾ ਭਾਵ ਹੈ ਜੀ ਲੌਂਗੀਟਿਊਡ ਠੀਕ ਹੈ ਕਈ ਵਾਰ ਇਹਨੂੰ ਪੰਜਾਬੀ ਵਿੱਚ ਲੰਬਕਾਰ ਲਿਖ ਦਿੰਦੇ ਹੈ ਇਹ ਹੈ ਇੰਟਰਨੈਸ਼ਨਲ ਡੇਟਲਾਈਨ ਜਿਸ ਨੂੰ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ 1884 ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਘੋਸ਼ਿਤ ਕੀਤਾ ਗਿਆ ਸੀ ਕਿ ਜਿਹੜੀ ਸਾਡੀ ਡੇਟ ਹੈ ਉਹ ਇਸ ਡਿਗਰੀ ਦੇ ਉੱਪਰ ਜਾ ਕੇ ਚੇਂਜ ਹੋਇਆ ਕਰੇਗੀ 180 ਡਿਗਰੀ ਵਾਲਾ ਰਹੇਗਾ ਇਹ ਲਾਈਨ ਜਿਹੜੀ ਹੈ ਪੂਰਬ ਤੋਂ ਪੱਛਮ ਵੱਲ ਜਿਹੜਾ ਹੈ ਜਦੋਂ ਜਾਂਦੇ ਹਾਂ ਤਾਂ ਉਦੋਂ ਇਹਦੇ ਵਿੱਚ ਅੰਤਰ ਦੇਖਣ ਨੂੰ ਮਿਲਦਾ ਹੈਗਾ ਤੇ ਇਹ ਬੈਰਿੰਗ ਸਾਗਰ ਜਿਹੜਾ ਕਿ ਬਿਲਕੁਲ ਉੱਪਰਲੀ ਸਾਈਡ ਤੇ ਪੈਂਦਾ ਹੈ ਠੀਕ ਹੈ ਇੱਕ ਸਾਈਡ ਤੇ ਨਾਰਥ ਅਮਰੀਕਾ ਇੱਕ ਸਾਈਡ ਦੇ ਉੱਪਰ ਜਿਹੜਾ ਹੈ ਰਸ਼ੀਆ ਜਿਹਦੇ ਦੋਨਾਂ ਦੇ ਨਾਲ ਮਿਲਦਾ ਹੈ ਉੱਥੋਂ ਦੀ ਇਹ ਨਿਕਲਦੀ ਹੈਗੀ ਬੈਰਿੰਗ ਸਾਗਰ ਇਸ ਤੇ ਸਭ ਤੋਂ ਨਜ਼ਦੀਕ ਜਾਂਦਾ ਹੈ ਤੇ ਇਹ ਰੇਖਾ ਜਿਹੜੀ ਹੈ ਉਹ ਚਾਰ ਵਾਰ ਮੋੜੀ ਗਈ ਹੈਗੀ ਆ ਉਹ ਤਾਂ ਮੋੜੀ ਗਈ ਹੈ ਤਾਂ ਕਿ ਜਿਹੜੇ ਸਾਰੀਆਂ ਜਗਾਵਾਂ ਦੇ ਉੱਪਰ ਡੇਟ ਹੈ ਜਿਹੜੀ ਉਹ ਇੱਕੋ ਜੀ ਕੀਤੀ ਜਾ ਸਕੇ ਅਤੇ ਇਹ ਨਿਕਲਦੀ ਕਿੱਥੋਂ ਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਵਿੱਚੋਂ ਦੀ ਨਿਕਲਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਵਿੱਚੋਂ ਦੀ ਨਿਕਲਦੀ ਹੈ ਕਿਹ ਲਾਈਨ ਨੈਕਸਟ ਆਈਏ ਅੱਗੇ 39 ਨੰਬਰ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਮਾਂ ਜ਼ੋਨ ਕਿਹੜੇ ਦੇਸ਼ ਦੇ ਵਿੱਚ ਹਨ ਫਰਾਂਸ ਦੇ ਵਿੱਚ ਹੈ ਸੰਯੁਕਤ ਰਾਜ ਅਮਰੀਕਾ 'ਚ ਹੈ ਰੂਸ 'ਚ ਹੈ ਜੁਨਟਾ ইউনাইটেড ਕਿੰਗਡਮ ਦੇ ਵਿੱਚ ਹੈ ਦੁਨੀਆ ਵਿੱਚ ਸਭ ਤੋਂ ਵੱਧ ਜਿਹੜੀਆਂ ਸਮਾਂ ਜ਼ੋਨਾਂ ਨੇ ਕਿਆਂ ਉਹ ਸਥਿਤ ਹੈਗੀਆਂ ਨੇ ਫਰਾਂਸ ਦੇ ਵਿੱਚ ਫਰਾਂਸ ਦੇ ਵਿੱਚ ਸਭ ਤੋਂ ਵੱਧ ਟਾਈਮ ਜ਼ੋਨਾਂ ਨੇ ਕਿਆਂ ਜੀ ਜਿਹਦੇ ਨਾਲ ਟਾਈਮ ਜਿਹੜਾ ਹੈ ਉਹ ਫਿਕਸ ਕੀਤਾ ਜਾਂਦਾ ਹੈਗਾ ਤਾਂ ਫਰਾਂਸ ਦੇ ਵਿੱਚ ਦੁਨੀਆ ਦੀਆਂ 12 ਸਮਾਂ ਜ਼ੋਨਾਂ ਨੇ ਕਿਆਂ ਅਮਰੀਕਾ ਦੇ ਵਿੱਚ 11 ਸਮਾਜ ਉਹਨਾਂ ਨੇ ਗਿਆ ਰੂਸ ਦੇ ਵਿੱਚ 11 ਨੇ ਗਿਆ ਅੰਟਾਰਕਟਿਕਾ ਦੇ ਵਿੱਚ 10 ਸਮਾਜ ਉਹਨਾਂ ਨੇ ਗਿਆ ਬ੍ਰਿਟੇਨ ਦੇ ਵਿੱਚ 9 ਟਾਈਮ ਛੋੜਨੇ ਗਿਆ ਠੀਕ ਹੈ ਹਰੇਕ ਜ਼ੋਨ ਜਿਹੜੀ ਉਹ ਵੱਖਰੀ ਵੱਖਰੀ ਰਹਿੰਦੀ ਹੈਗੀ ਧਿਆਨ ਰੱਖਣਾ ਹੈ ਕਿ ਭਾਰਤ ਦੇ ਵਿੱਚ ਇੱਕੋ ਹੀ ਹੈ ਭਾਰਤ ਦੇ ਵਿੱਚ ਇੱਕੋ ਹੀ ਹੈ ਜਿਹੜੀ ਕਿ ਤਕਰੀਬਨ 82 ਡਿਗਰੀ ਈਸਟ ਵਾਲੇ ਖੇਤਰ ਦੇ ਵਿੱਚ ਸਥਿਤ ਹੈਗੀ ਹੈਗੀ ਜੋ ਕਿ ਇਲਾਹਾਬਾਦ ਦੇ ਵਿੱਚੋਂ ਦੀ ਕ੍ਰਾਸ ਕਰਦੀ ਹੈ ਕਿ ਹੈਗੀ ਇਹ ਹੀ ਨੇਪਾਲ ਤੇ ਸ਼੍ਰੀਲੰਕਾ ਦੇ ਲਈ ਹੈ ਠੀਕ ਹੈ ਨੇਪਾਲ ਤੇ ਸ਼੍ਰੀਲੰਕਾ ਦੇ ਲਈ ਵੀ ਇਹ ਹੀ ਜਿਹੜੀ ਲਾਈਨ ਹੈ ਉਹ ਸਮਾ ਲਾਈਨ ਹੈ ਡੈਡ ਲਾਈਨ ਸੌਰੀ ਟਾਈਮ ਲਾਈਨ ਹੈ ਠੀਕ ਹੈ ਸੌਤ ਤੋਂ ਬਾਅਦ ਫਰਾਂਸ ਹੈ ਦੂਸਰੇ ਨੰਬਰ ਤੇ ਅਮਰੀਕਾ ਤੇ ਰੂਸ ਹੈ ਤੀਸਰੇ ਨੰਬਰ ਤੇ ਅੰਟਾਰਕਟਿਕਾ ਚੌਥੇ ਤੇ ਬ੍ਰਿਟੇਨ ਲਾਸਟ ਕੁਐਸਚਨ ਅੰਤਰਰਾਸ਼ਟਰੀ ਮਿਤੀ ਰੇਖਾ ਸਮੁੰਦਰ ਦੇ ਵਿੱਚਕਾਰੋਂ ਲੰਘਦੀ ਹੈ ਕਿਹੜੇ ਦੇ ਉਹ ਆਰਕਟਿਕ ਦੇ ਵਿੱਚੋਂ ਹਿੰਦ ਦੇ ਵਿੱਚੋਂ ਅਟਲੈਂਟਿਕ ਦੇ ਵਿੱਚੋਂ ਜਾਂ ਪ੍ਰਸ਼ਾਂਤ ਦੇ ਵਿੱਚੋਂ ਅੰਤਰਰਾਸ਼ਟਰੀ ਮਿਤੀ ਰੇਖਾ ਜਿਹੜੀ ਹੈ ਉਹ ਕ੍ਰੋਸ ਕਰਦੀ ਹੈਗੀ ਜੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚੋਂ ਜਿਹਨੂੰ ਪੈਸੀਫਿਕ ਓਸ਼ਨ ਕਹਿੰਦੇ ਨੇ ਆਪਾਂ ਉੱਥੋਂ ਦੀ ਇਹ ਕ੍ਰੋਸ ਕਰਦੀ ਹੈਗੀ ਹੈਗੀ ਸੋ ਇਸ ਤਰੀਕੇ ਦੇ ਨਾਲ ਆਉਂਦੀ ਹੈ ਇਸ ਨੂੰ ਚਾਰ ਵਾਰੀ ਜਿਹੜਾ ਮੋੜਿਆ ਗਿਆ ਹੈ ਆ ਉਹ ਖੇਤਰ ਹੈ ਜੀ ਜਿਹੜਾ ਕਿ ਬੈਰਿੰਗ ਸਟ੍ਰੇਟ ਦੇ ਕੋਲੇ ਜਾਂ ਬੈਰਿੰਗ ਸਾਗਰ ਦੇ ਕੋਲੇ ਪਿਆ ਜਾਂਦਾ ਹੈ ਇਹ ਸਭ ਤੋਂ ਨਜ਼ਦੀਕੀ ਸਥਾਨ ਹੈ ਇੰਟਰਨੈਸ਼ਨਲ ਡੇਟ ਲਾਈਨ ਦਾ ਠੀਕ ਹੈ ਇਹਦੇ ਨਾਲ ਹੀ ਧਿਆਨ ਰੱਖਣਾ ਹੈ ਕਿ ਜਿੱਦਾਂ ਹੀ ਆਪਾਂ ਇਸ ਲਾਈਨ ਤੋਂ ਪੱਛਮ ਦੇ ਵਿੱਚ ਜਾਵਾਂਗੇ ਠੀਕ ਹੈ ਉਦੋਂ ਜਿਹੜਾ ਇਹ ਸੌਰੀ ਇਹ ਰਹੇਗਾ ਵੈਸਟ ਤੋਂ ਇਸ ਤੋਂ ਵੈਸਟ ਜਿੱਦਾਂ ਹੀ ਆਪਾਂ ਜਿਹੜਾ ਹੈ ਪੂਰਬ ਦੇ ਵਿੱਚ ਯਾਨੀ ਕਿ ਈਸਟ ਦੇ ਵਿੱਚ ਜਾਵਾਂਗੇ ਤਾਂ ਜਿਹੜਾ ਦਿਨ ਹੈ ਉਹ ਮਾਈਨਸ ਹੋ ਜਾਂਦਾ ਹੈ ਜਿੱਦਾਂ ਹੀ ਆਪਾਂ ਜਿਹੜਾ ਹੈ ਵੈਸਟ ਦੇ ਵਿੱਚ ਜਾਵਾਂਗੇ ਤਾਂ ਉੱਥੇ ਜਿਹੜਾ ਦਿਨ ਹੈ ਡੇਟ ਹੈ ਜਿਹੜੀ ਉਹ ਪਲੱਸ ਹੋਪੇਗੀ ਠੀਕ ਹੈ ਯਾਨੀ ਕਿ ਇੱਧਰ ਜੇਕਰ 2 ਤਰੀਕ ਹੈ ਤਾਂ ਇਧਰਲੀ ਸਾਈਡ ਦੇ ਉੱਪਰ 1 ਤਰੀਕ ਹੋਵੇਗੀ ਇਹ ਚੀਜ਼ ਚੱਲਦੀ ਹੈਗੀ ਹੈ ਬਟ ਜਦੋਂ ਆਪਾਂ ਟਾਈਮ ਦੀ ਗੱਲ ਕਰਦੇ ਹਾਂ ਉਹ ਉਲਟ ਚੱਲਦਾ ਹੈ ਟਾਈਮ ਦੇ ਵਿੱਚ ਜਦੋਂ ਆਪਾਂ ਈਸਟ ਵੱਲ ਜਾਵਾਂਗੇ ਤਾਂ ਟਾਈਮ ਪਲੱਸ ਹੋਵੇਗਾ ਜਦੋਂ ਆਪਾਂ ਵੈਸਟ ਵੱਲ ਜਾਵਾਂਗੇ ਤਾਂ ਟਾਈਮ ਜਿਹੜਾ ਹੈ ਉਹ ਮਾਈਨਸ ਹੋਵੇਗਾ ਇਹ ਟਾਈਮ ਦਾ ਹੋਵੇਗਾ ਪਰ ਡੇਟ ਦੇ ਵਿੱਚ ਇਹ ਉਲਟ ਹੋ ਜਾਵੇਗਾ ਠੀਕ ਹੈ ਦੋਨੋਂ ਚੀਜ਼ਾਂ ਯਾਦ ਰੱਖਣੀਆਂ ਨੇ ਅਸੀਂ ਆਪਣਾ ਇਦਾਂ ਸੈਸ਼ਨ ਜਿਸਦੇ ਵਿੱਚ ਆਪਾਂ 20 ਐਮਸੀਕਿਊ ਡਿਸਕਸ ਕੀਤੀ ਹੈ ਜੀਓਗ੍ਰਾਫੀ ਦੇ ਉਮੀਦ ਕਰਦਾ ਹਾਂ ਤੁਹਾਡੇ ਸਰ ਲਈ ਹੈਲਪਰ ਰਹਿਣਗੇ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਕਲਾਸਾਂ ਦੀ ਪੀਡੀਐਫ ਡਾਊਨਲੋਡ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਹੈ ਉਹ ਡਾਊਨਲੋਡ ਕਰ ਸਕਦੇ ਹੋ ਉੱਥ Thank you so much.